ਜਸਟੀ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਗਗਨਦੀਪ ਚੌਹਾਨ, ਤੁਸੀਂ ਵੇਖ ਰਹੇ ਹੋ ਟੂ ਦਾ ਪੁਆਇੰਟ। ਇੱਕ ਅਜਿਹਾ ਮਾਮਲਾ ਜਿਸ 'ਤੇ ਵਿਵਾਦ ਤਾਂ ਇਹ ਵੀ ਕਿਹਾ ਜਾਂਦਾ 400 ਸਾਲ ਪੁਰਾਣਾ ਹੈ ਜਾਂ ਉਸ ਤੋਂ ਵੀ ਜ਼ਿਆਦਾ ਪੁਰਾਣਾ ਹੈ, ਦਾਅਵੇਦਾਰੀ ਅਲੱਗ ਅਲੱਗ ਹੈਗੀ ਹੈ, ਪਰ 40 ਦਿਨਾਂ ਦੀ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਇਸੇ ਮਹੀਨੇ ਵਿੱਚ ਉਸ ਵਿਵਾਦ 'ਤੇ ਫੈਸਲਾ ਸੁਣਾਉਣ ਵਾਲਾ ਹੈ। ਸਵਾਲ ਇਹ ਹੈਗਾ ਕਿ ਇਸ ਫੈਸਲੇ ਤੋਂ ਪਹਿਲਾਂ ਮੁਲਕ ਦੀ ਸਿਆਸਤ ਤੋਂ ਲੈ ਕੇ ਪ੍ਰਸ਼ਾਸਨ, ਪੁਲਿਸ ਅਧਿਕਾਰੀ, ਸਾਰੇ ਸੂਬਾ ਸਰਕਾਰਾਂ, ਸਭ ਨੂੰ ਅਲਰਟ ਕਰ ਦਿੱਤਾ ਗਿਆ। ਸਵਾਲ ਇੱਕੋ ਕਿ ਫੈਸਲੇ ਤੋਂ ਪਹਿਲਾਂ ਕਿਸ ਲਈ ਅਲਰਟ? ਰਾਮ ਜਨਮ ਭੂਮੀ ਬਾਬਰੀ ਮਸਜਿਦ ਦਾ ਜ਼ਮੀਨੀ ਵਿਵਾਦ ਜਿਹੜਾ ਹੈਗਾ ਉਸ 'ਤੇ ਫੈਸਲਾ ਆਉਣ ਤੋਂ ਪਹਿਲਾਂ ਅਲਰਟ ਜਾਰੀ ਕੀਤਾ ਗਿਆ, ਪਰ ਇਸ ਫੈਸਲੇ ਤੋਂ ਪਹਿਲਾਂ ਜਿਹੜੀ ਤਿਆਰੀਆਂ ਕੀਤੀਆਂ ਗਈਆਂ ਨੇ, ਜਿਸ 'ਤੇ ਅਸੀਂ ਬਹਿਸ ਕਰ ਰਹੇ ਹਾਂ, ਬਹਿਸ ਕਿਉਂ ਕਰ ਰਹੇ ਹਾਂ ਤੁਹਾਨੂੰ ਦੱਸ ਦਿੰਦੇ ਹਾਂ। ਅਯੁੱਧਿਆ ਰਾਮ ਮੰਦਿਰ, ਬਾਬਰੀ ਮਸਜਿਦ, ਜ਼ਮੀਨ ਵਿਵਾਦ 'ਤੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਸਿਆਸਤ ਤੋਂ ਸੁਰੱਖਿਆ ਤੱਕ ਅਲਰਟ ਜਿਹੜਾ ਹੈਗਾ ਉਹ ਜਾਰੀ ਕਰ ਦਿੱਤਾ ਗਿਆ। 5 ਜੱਜਾਂ ਦੀ ਬੈਂਚ ਦੇ ਸਾਹਮਣੇ ਸੁਣਵਾਈ ਹੋਈ ਮੁਕੰਮਲ, ਇਸੇ ਮਹੀਨੇ ਫੈਸਲਾ ਆ ਸਕਦਾ ਹੈ। ਅਤੇ ਪ੍ਰਧਾਨ ਮੰਤਰੀ ਮੋਦੀ ਦੀ ਪਾਰਟੀ ਆਗੂਆਂ ਨੂੰ ਹਿਦਾਇਤ ਹੈਗੀ ਹੈ, ਬੇਮਤਲਬ ਬਿਆਨਬਾਜ਼ੀਆਂ ਤੋਂ ਬਚੋ, ਇਹ ਬਕਾਇਦਾ ਮੀਟਿੰਗ ਵਿੱਚ ਕਿਹਾ ਗਿਆ। ਫੈਸਲੇ ਤੋਂ ਪਹਿਲਾਂ ਕੇਂਦਰ ਨੇ ਅਯੁੱਧਿਆ ਦੇ ਵਿੱਚ ਸੁਰੱਖਿਆ ਦਸਤਿਆਂ ਦੀ ਗਿਣਤੀ ਵਧਾਈ। ਕੇਂਦਰੀ ਗ੍ਰਹਿ ਮੰਤਰਾਲੇ ਦਾ ਯੂਪੀ ਵਿੱਚ ਪੈਰਾਮਿਲਟਰੀ ਦੇ 4000 ਜਵਾਨ ਭੇਜਣ ਦਾ ਫੈਸਲਾ ਹੋਇਆ, ਸੁਰੱਖਿਆ ਵਧਾ ਦਿੱਤੀ ਗਈ ਹੈ। ਧਾਰਾ 147 ਪਹਿਲਾਂ ਹੀ ਉੱਥੇ ਲਾਗੂ ਹੈ। ਰੈਪਿਡ ਐਕਸ਼ਨ ਫੋਰਸ ਦੀਆਂ 16 ਕੰਪਨੀਆਂ ਤੈਨਾਤ ਹੋਣਗੀਆਂ, CISF, ITBP, SSB, BSF ਦੀਆਂ 6 ਕੰਪਨੀਆਂ ਉੱਥੇ ਤੈਨਾਤ ਕੀਤੀਆਂ ਜਾਣਗੀਆਂ। ਯੂਪੀ ਦੇ ਤਕਰੀਬਨ 12 ਜ਼ਿਲ੍ਹੇ, ਜਿਨ੍ਹਾਂ ਵਿੱਚ ਵਾਰਾਣਸੀ, ਕਾਨਪੁਰ, ਅਲੀਗੜ੍ਹ, ਲਖਨਊ, ਆਜ਼ਮਗੜ੍ਹ ਸ਼ਾਮਿਲ ਨੇ, ਇਹ ਅਤ ਨਾਜ਼ੁਕ ਐਲਾਨ ਦਿੱਤੇ ਗਏ ਨੇ। ਸਥਾਨਕ ਪ੍ਰਸ਼ਾਸਨ ਨੂੰ ਕੇਂਦਰ ਸਰਕਾਰ ਨੇ ਸਪਸ਼ਟ ਨਿਰਦੇਸ਼ ਦਿੱਤੇ ਹੈ, ਹਦਾਇਤਾਂ ਦੀ ਪਾਲਣਾ ਕੀਤੀ ਜਾਵੇ, ਕੋਈ ਵੀ ਛੋਟੇ ਤੋਂ ਛੋਟੀ ਘਟਨਾ ਵੀ ਹੁੰਦੀ ਹੈ ਤਾਂ ਉਸ ਨੂੰ ਵੀ ਗੰਭੀਰਤਾ ਨਾਲ ਲਿਆ ਜਾਵੇ। ਔਰ ਇਸ ਹਾਲਾਤ ਦੇ ਮੱਦੇਨਜ਼ਰ ਅੱਜ ਦੀ ਬਹਿਸ ਕਰੇ, ਔਰ ਸਵਾਲ ਇੱਕੋ ਪੁੱਛਾਂਗੇ, ਸਵਾਲ ਇੱਕੋ ਕਿ ਅਯੁੱਧਿਆ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਦੇਸ਼ ਦਾ ਕਿਹੜਾ ਭਵਿੱਖ ਜੁੜਿਆ? ਇਸ ਸਵਾਲ ਦਾ ਜਵਾਬ ਸਮਝਣ ਦੀ ਕੋਸ਼ਿਸ਼ ਕਰਾਂਗੇ। ਖਾਸ ਮਹਿਮਾਨ ਸਾਡੇ ਨਾਲ ਮੌਜੂਦ ਨੇ, ਤੁਹਾਡਾ ਨਾਲ ਤਾਰੁਫ ਕਰਵਾਏ ਨੇ, ਸਾਡੇ ਨਾਲ ਡਾਕਟਰ ਪੀ ਐਲ ਗਰਗ ਮੌਜੂਦ ਨੇ, ਐਕਸਪਰਟ ਵਜੋਂ ਇਸ ਚਰਚਾ ਦੇ ਵਿੱਚ। ਗਰਗ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡੇ ਇਸ ਚਰਚਾ ਦੇ ਵਿੱਚ। ਹਰਜੀਤ ਸਿੰਘ ਭੁੱਲਰ ਸਾਹਿਬ, ਬੀਜੇਪੀ ਦੇ ਪ੍ਰਤੀਨਿਧੀ ਵਜੋਂ ਸਾਡੇ ਨਾਲ ਮੌਜੂਦ ਨੇ, ਪੁਲਿਸ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਇਸ ਚਰਚਾ ਦੇ ਵਿੱਚ। ਸੁਖਦੇਵ ਸਿੰਘ ਰੋਪੜ ਸਾਹਿਬ, ਕਾਂਗਰਸ ਤੋਂ ਸਾਡੇ ਨਾਲ ਮੌਜੂਦ ਨੇ, ਸੁਖਦੇਵ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡੇ ਇਸ ਚਰਚਾ ਦੇ ਵਿੱਚ। ਪ੍ਰੋਫੈਸਰ ਮਨਜੀਤ ਸਿੰਘ, ਪੋਲੀਟੀਕਲ ਐਨਲਿਸਟ ਵਜੋਂ ਸਾਡੇ ਨਾਲ ਮੌਜੂਦ ਰਹਿਣਗੇ। ਮਨਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਤੁਹਾਡੇ ਇਸ ਚਰਚਾ ਦੇ ਵਿੱਚ। ਸਭ ਤੋਂ ਪਹਿਲਾਂ ਭੁੱਲਰ ਸਾਹਿਬ, ਪੂਰਾ ਮੁਲਕ ਇੱਕ ਅਲਰਟ 'ਤੇ ਹੈਗਾ, ਇਹ ਅਲਰਟ ਦੇ ਪਿੱਛੇ ਜਿਹੜਾ ਖਦਸ਼ਾ ਹੈਗਾ ਉਹ ਕੀ ਹੈ? ਦੇਖੋ, ਇਸ ਤਰ੍ਹਾਂ ਹੈ ਕਿ ਬਹੁਤ ਸਮੇਂ ਤੋਂ ਜਿਹੜਾ ਇੱਕ ਮਾਮਲਾ ਲਟਕਿਆ ਹੋਇਆ ਸੀਗਾ, ਮੈਂ ਕਹਾਂਗਾ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਚੱਲ ਰਿਹਾ ਸੀ ਮਾਮਲਾ, ਔਰ ਉਸ ਤੋਂ ਪਹਿਲਾਂ ਦਾ ਵੀ ਚੱਲ ਰਿਹਾ ਸੀ। ਔਰ ਅੱਜ ਜਦੋਂ ਵਾਰ ਵਾਰ ਕੋਰਟ ਦੇ ਕਹਿਣ 'ਤੇ ਵੀ ਦੋਨਾਂ ਧਿਰਾਂ ਦੇ ਵਿੱਚ ਆਪਸ ਕੋਈ ਸਹਿਮਤੀ ਨਹੀਂ ਬਣ ਸਕੀ, ਤਾਂ ਕੋਰਟ ਨੇ ਉਹਨੂੰ ਫੈਸਲਾ ਦੇਣ ਦਾ ਇੱਕ ਜਿਹੜਾ ਹੈਗਾ ਫਿਕਸ ਕਰ ਲਿਆ ਕਿ ਉਹ ਫੈਸਲਾ ਦੇਣਾ, ਔਰ ਉਹ ਐਨੀ ਟਾਈਮ ਕਿਸੇ ਦਿਨ ਵੀ ਆ ਸਕਦਾ। ਔਰ ਇਸ ਕਰਕੇ ਕਿਉਂਕਿ ਦੋ ਸਮੁਦਾਇ ਜਿਹੜੇ ਨੇ ਉਹ 'ਚ ਇਨਵੋਲਵ ਨੇ, ਔਰ ਉਸ ਤੋਂ ਪਹਿਲਾਂ ਵੀ ਬਹੁਤ ਵਾਰ ਐਸਾ ਹੋਇਆ ਕਿ ਜਦੋਂ ਕੁਛ ਵੀ ਛੁਟਪੁਟ ਘਟਨਾਵਾਂ ਕਹਿ ਲਓ ਤੁਸੀਂ, ਜਾਂ ਕੁਛ ਆਪਸ ਵਿੱਚ ਜਿਹੜੇ ਹੈਗੇ ਨੇ ਦੰਗੇ ਕਹਿ ਲਓ ਉਹ ਹੁੰਦੇ ਰਹੇ ਹੈ, ਔਰ ਐਸਾ ਕੁਛ ਨਾ ਹੋਏ, ਐਸੇ ਹਾਲਾਤ ਨਾ ਬਣ, ਉਹਦਾ ਕਰਕੇ ਜਿਹੜਾ ਹੈਗਾ ਪ੍ਰਕੋਸ਼ਨਸ ਲਈਆਂ ਨੇ ਗਵਰਨਮੈਂਟ ਨੇ, ਔਰ ਲੈਣੀਆਂ ਵੀ ਬਣਦੀਆਂ ਨੇ ਵੀ ਹਾਲਾਤ ਖਰਾਬ ਨਾ ਹੋਣ, ਜਿਹਦੇ ਨਾਲ ਕਿਸੇ ਦਾ ਜਾਨੀ ਮਾਲੀ ਨੁਕਸਾਨ ਜਾਂ ਸਰਕਾਰੀ ਪ੍ਰੋਪਰਟੀ ਦਾ ਨੁਕਸਾਨ ਕਿਸੇ ਤਰੀਕੇ ਦਾ ਜਿਹੜਾ ਹੈ ਉਹ ਨਾ ਹੋਏ, ਅਤੇ ਮੇਰਾ ਖਿਆਲ ਵਿੱਚ ਕੋਈ ਗਲਤ ਨਹੀਂ ਕੀਤਾ ਗਿਆ। ਇਹ ਜਿਸ ਤਰੀਕੇ ਨਾਲ ਰਫਤਾਰ ਵਧੀਆ, ਅਲਰਟ ਸਾਰਿਆਂ ਨੂੰ ਕਰਤਾ ਗਿਆ, ਸਾਰੇ ਸਟੇਟਸ ਨੂੰ ਹੋਮ ਮਿਨਿਸਟਰੀ ਅਲਰਟ ਭੇਜ ਰਹੀ ਹੈ, ਕੀ ਇਹ ਦੇਸ਼ ਇਹ ਮੰਨ ਲਵੇ ਕਿ ਫੈਸਲਾ ਹੁਣ ਕਾਊਂਟਡਾਊਨ ਦੇ ਲੈਵਲ 'ਤੇ? ਬਿਲਕੁਲ ਜੀ, ਉਸ 'ਚ ਤਾਂ ਕੋਈ ਡਾਊਟ ਨਹੀਂ ਹੈਗਾ ਜੀ, ਉੱਥੇ ਸੁਪਰੀਮ ਕੋਰਟ ਨੇ ਐਨੀ ਟਾਈਮ ਐਨੀ ਡੇ ਜਿਹੜਾ ਹੈਗਾ ਉਹ ਫੈਸਲਾ ਦੇਣਾ ਹੈ, ਔਰ ਜਿਸ ਦਿਨ ਵੀ ਫੈਸਲਾ ਆ ਜਾਂਦਾ ਤਾਂ ਮੈਨੂੰ ਲੱਗਦਾ ਵੀ ਹੋ ਸਕਦਾ 2-4 ਦਿਨ 5 ਦਿਨ 'ਚ ਵੀ ਆ ਰਿਹਾ ਫੈਸਲਾ। ਸੁਖਦੇਵ ਸਿੰਘ ਜੀ, ਕਾਂਗਰਸ ਕਿਸ ਤਰੀਕੇ ਨਾਲ ਦੇਖ ਰਹੀ ਹੈ ਇਸ ਪੂਰੇ ਸਿਚੁਏਸ਼ਨ ਨੂੰ ਇਸ ਟਾਈਮ? ਨਹੀਂ ਦੇਖੋ ਜੀ, ਕਾਂਗਰਸ ਦਾ ਬੜਾ ਸਪਸ਼ਟ ਅਤੇ ਕਲੀਅਰ ਸਟੈਂਡ ਆ ਸ਼ੁਰੂ ਤੋਂ ਵੀ ਕੋਰਟ ਦਾ ਜੋ ਵਰਡਿਕਟ ਆਊਗਾ ਉਹ ਸਭ ਨੂੰ ਸਿਰ ਮੱਥੇ ਹੋਣਾ ਚਾਹੀਦਾ, ਅਤੇ ਇਹਦੇ ਵਿੱਚ ਇਹਦਾ ਦੋ ਰਹਿ ਹੀ ਨਹੀਂ, ਇਸ ਕਰਕੇ ਇਹ 'ਚ ਕੀ ਕੋਈ ਆਪਾਂ ਨੂੰ ਇਹ 'ਚ ਕੋਈ ਮੇਰੇ ਖਿਆਲ ਬਹਿਸ ਦਾ ਵਿਸ਼ਾ ਹੀ ਨਹੀਂ ਹੈ, ਜੋ ਕੋਰਟ ਜੋ ਵਰਡਿਕਟ ਆਊਗਾ, ਕਿਉਂਕਿ ਸਾਡੀ ਸਭ ਨੂੰ ਕੋਰਟ ਦੇ ਵਿੱਚੋਂ ਫੈਸਲਾ ਡੇ ਟੂ ਡੇ ਸੁਣਵਾਈ ਹੋ ਰਹੀ ਸੀ, ਠੀਕ ਹੈ ਉਹਦੇ ਵਿੱਚ ਜੋ ਫੈਸਲਾ ਆਊਗਾ ਉਹ ਸਾਰਿਆਂ ਨੂੰ ਪ੍ਰਮਾਣ ਆਪਣਾ ਮੰਨਣਾ ਚਾਹੀਦਾ। ਡਾਕਟਰ ਗਰਗ, ਇਹ ਪੂਰੇ ਦਾ ਪੂਰਾ ਸਿਨੈਰੀਓ ਜਿਹੜਾ ਹੈਗਾ ਜਿਸ ਦੇ ਵਿੱਚ ਦੋਵੇਂ ਪਾਰਟੀਆਂ ਹੁਣ ਤਾਂ ਕਹਿ ਰਹੀਆਂ ਨੇ ਕਿ ਕੋਰਟ ਦਾ ਫੈਸਲਾ ਅਸੀਂ ਮੰਨ ਲਵਾਂਗੇ, ਪਰ ਇਸੇ ਮਾਮਲੇ ਦੇ ਪਿਛੋਕੜ ਵਿੱਚ ਜੇਕਰ ਜਾਈਏ ਤਾਂ ਇਹਨਾਂ ਦੋਵਾਂ ਪਾਰਟੀਆਂ ਦੇ ਹੀ ਆਗੂ ਜਿਹੜੇ ਉਸ ਵੇਲੇ ਦੇ ਰਹੇ ਨੇ, ਉਸ ਸਮੇਂ ਦੇ ਰਹੇ ਨੇ, ਉਹਨਾਂ ਦੀ ਜਿਹੜੀ ਉਹਨਾਂ ਨੇ ਸਿਆਸਤ ਉਸ ਵੇਲੇ ਕਿਹਾ ਜਾਵੇ ਕੀਤੀ, ਜਾਂ ਜਿਹੜੀ ਉਹਨਾਂ ਦੀ ਸਰਗਰਮੀਆਂ ਸੀਗੀਆਂ, ਜਿਹੜੀ ਸਰਗਰਮੀ ਨਹੀਂ ਸੀਗੀ, ਜਿਹੜਾ ਇਨਐਕਟਿਵ ਹੋਣਾ ਸੀਗਾ, ਉਹ ਕਿਤੇ ਨਾ ਕਿਤੇ ਇਸ ਮਾਮਲੇ ਪਿਛੋਕੜ ਵਿੱਚ ਨਜ਼ਰ ਆਉਂਦਾ ਹੈ। ਇਸ ਪੂਰੀ ਤਸਵੀਰ ਨੂੰ ਦੋਵਾਂ ਪਾਰਟੀਆਂ ਨਾਲ ਜੋੜ ਕੇ ਕਿਵੇਂ ਸਮਝੀ ਸੀ? ਬਿਲਕੁਲ ਠੀਕ ਹੈ, ਦੋਨੇ ਪਾਰਟੀਆਂ ਅਸਲ 'ਚ ਕੀ ਹੈ, ਅੰਦਰੋਂ ਇਹ ਹਿੰਦੂ ਕਮਿਊਨਲਿਜ਼ਮ ਦੇ ਨਾਲ ਜੁੜੀਆਂ ਹੋਈਆਂ ਨੇ। ਕਾਂਗਰਸ ਪਬਲਿਕਲੀ ਕਮਿਊਨਲਿਸਟ ਪਾਰਟੀ ਨਹੀਂ ਹੈ, ਨਾ ਉਹ ਬਣ ਸਕਦੀ ਹੈ, ਕਿਉਂਕਿ ਇੱਕ ਆਜ਼ਾਦੀ ਦਾ ਇਤਿਹਾਸ ਹੈ। BJP ਦਾ ਤਾਂ ਫੰਡਾ ਹੀ ਹੈ ਵੀ ਅਸੀਂ ਹਿੰਦੂਆਂ ਦੀ ਪਾਰਟੀ ਹਾਂ, ਹਿੰਦੂਆਂ ਦਾ ਅਸੀਂ ਰੱਖਣਾ, RSS ਦਾ ਇਹੀ ਹੈ। ਔਰ ਸੋਮਤ 100 78 ਦੀ ਸਰਕਾਰ ਦੇ ਵਿੱਚ ਜਦ ਅਟਲ ਬਿਹਾਰੀ ਵਾਜਪਾਈ ਜੀ ਅਤੇ ਅਡਵਾਨੀ ਜੀ ਦੇ ਬਾਰੇ ਕਿਹਾ ਗਿਆ ਵੀ ਤੁਸੀਂ
ਇਹਨਾਂ ਨੇ ਇਹ ਉਸ ਤਕਰੀਬਨ 80 ਦੇ ਵਿੱਚ ਹੀ ਵਿਸ਼ਵ ਹਿੰਦੂ ਪਰਿਸ਼ਦ ਨੇ ਸ਼ੁਰੂ ਕਰਤਾ ਵੀ ਆਪਾਂ ਹੁਣ ਜਨਮ ਭੂਮੀ, ਵੈਸੇ ਤਾਂ ਇਹਨਾਂ ਨੇ ਕਦੀ ਜਨਮ ਭੂਮੀ ਨਹੀਂ, ਇਹਨਾਂ ਕਿਹਾ ਮੱਕਾ ਵੀ ਸਾਡਾ, ਇਹਨਾਂ ਨੇ ਕਿਹਾ ਵੀ ਈਵਨ ਹੋਰ ਬੜੇ ਆਰਾ ਤਾਜ ਮਹਿਲ ਵੀ ਸਾਡੀ ਉਹ ਸੀ, ਉਹ ਇਹਨਾਂ ਕੋਲ ਕਾਫੀ ਲੰਬੀ ਫਰਿਸ਼ਤ ਹੈਗੀ ਹੈ ਵੀ ਜਿਹਦੇ ਵਿੱਚ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਲੱਗਦਾ ਵੀ ਇਹ ਸਾਰਾ ਹਿੰਦੂਆਂ ਦੇ ਉੱਤੇ ਬੜਾ ਜ਼ੁਲਮ ਹੋਇਆ ਹੋਇਆ। ਉਹ ਚੱਲਦੇ ਚੱਲਦੇ ਜਦ 1992 'ਚ ਉਹਦੇ ਵਿੱਚ ਇੱਕ ਹੋਰ ਆਇਆ ਜਿਹੜਾ ਰਾਜੀਵ ਗਾਂਧੀ ਨੇ ਉੱਥੇ ਆਈਡਲ ਰਖਾਉਣ ਦਾ ਉਹਦਾ ਕਰ ਦਿੱਤਾ ਵੀ ਇਹਦਾ ਤਾਲਾ ਖੋਲ ਦਿਉ, ਤਾਲਾ ਖੋਲ ਰਾਜੀਵ ਗਾਂਧੀ ਦੀ ਸਰਕਾਰ 'ਚ ਖੋਲਿਆ ਗਿਆ। ਅਤੇ ਉਸ ਤੋਂ ਅੱਗੇ ਉਹ ਵੀ ਮੁਸਲਮਾਨ ਸਮੁਦਾਇ ਦੇ ਵਿੱਚ ਰਲੀ, ਉਹਦੀਆਂ ਬੜੀਆਂ ਕਹਾਣੀਆਂ ਨੇ, ਮੈਂ ਉਸ ਡਿਟੇਲ 'ਚ ਨਹੀਂ ਜਾਵਾਂਗਾ। ਫਿਰ ਜਦ ਇਹ ਮਸਜਿਦ 'ਚ ਹੀ ਹੈ, ਮੈਂ ਉੱਥੇ ਮੈਂ ਗੜਸ਼ੰਕਰ ਕੁਛ ਲਿਟਰੇਸੀ ਦਾ ਉਦੋਂ ਮੁਹਿੰਮ ਚੱਲਦੀ ਸੀ, ਮੈਂ ਭਾਰਤ ਸਰਕਾਰ ਵੱਲੋਂ ਇੰਚਾਰਜ ਸੀ ਲਿਟਰੇਸੀ ਦਾ, ਮੈਂ ਉੱਥੇ ਮੀਟਿੰਗ ਕਰ ਰਿਹਾ ਸੀ ਅਤੇ ਰਾਤ ਨੂੰ ਮੀਟਿੰਗ 'ਚ ਮੈਨੂੰ ਕਿਹਾ ਕਹਿੰਦੇ ਜੀ ਉਹ ਮਸਜਿਦ ਢਾਹ ਤੀ। ਮੈਂ ਤੁਹਾਨੂੰ ਸਹੀ ਗੱਲ ਦੱਸਦਾ, ਮੈਂ ਕਿਹਾ ਵੀ ਇਹ ਸਰਕਾਰ ਨੇ ਰਾਕੇ ਢਾਈ ਹੈ, ਕਲਿਆਣ ਸਿੰਘ ਵੀ ਰਲਿਆ ਹੋਇਆ, ਨਰਸਿਮਹਾ ਰਾਓ ਜੀ ਵੀ ਰਲੇ ਹੋਏ ਨੇ, ਕਿਉਂਕਿ ਉਹਦੇ 'ਚ ਮੈਨੂੰ ਕਹਿੰਦੇ ਜੀ ਇਹ ਕਿਵੇਂ, ਮੈਂ ਕਿਹਾ ਜੋ ਦਰਬਾਰ ਸਾਹਿਬ ਸਿੱਖਾਂ ਵਾਸਤੇ ਹੈ ਉਹ ਬਾਬਰੀ ਮਸਜਿਦ ਨਾ ਹਿੰਦੂਆਂ ਵਾਸਤੇ ਨਾ ਮੁਸਲਮਾਨਾਂ ਵਾਸਤੇ ਹੈ, ਅਤੇ ਜੋ ਸਿੱਖ ਉੱਥੇ, ਮੈਂ ਕਿਹਾ ਮੈਂ ਆਪ ਇਹਦਾ ਚਸ਼ਮਜੀਦ ਗਵਾਂ ਕਿਉਂਕਿ ਮੈਂ ਉਦੋਂ ਗੁਰਦਾਸਪੁਰ ਪੋਸਟਡ ਸੀ ਬਲੀਊ ਸਟਾਰ ਵੇਲੇ, ਉੱਥੇ 8 ਜੂਨ ਨੂੰ ਕਰਫਿਊ ਖੁੱਲ੍ਹਿਆ ਪਹਿਲੀ ਵਾਰੀ, ਅਤੇ ਉੱਥੇ ਗੰਢੀ ਵਿੰਡ ਰੋਡ, ਮਜੀਠਾ ਰੋਡ, ਚਾਟੀ ਵਿੰਡ ਰੋਡ, ਸਭ ਰੋਡਸ ਦੇ ਉੱਤੇ ਐਂ ਇਕੱਠ ਹੋ ਗਿਆ। ਜਨਰਲ ਬਰਾੜ ਨੇ ਐਲਾਨ ਕਰਿਆ ਕਹਿ ਕੇ ਵੀ ਦੇਖੋ ਜੋ ਹੋ ਗਿਆ ਬਹੁਤ ਮਾੜਾ, ਮੈਂ ਵੀ ਦੇਸ਼ ਦਾ ਇੱਕ ਸਿਪਾਹੀ ਹਾਂ ਅਤੇ ਮੈਂ ਵੀ ਸਿੱਖ ਹਾਂ, ਮੈਨੂੰ ਵੀ ਦੁੱਖ ਹੈ, ਪਰ ਇੱਕ ਗੱਲ ਪੱਕੀ ਹੈ, ਮੈਂ ਇਸੇ ਗੁਰੂ ਗ੍ਰੰਥ ਸਾਹਿਬ ਦੀ ਸਹੁੰ ਖਾਧੀ ਹੈ ਕਿ ਮੈਂ ਦੇਸ਼ ਦੀ ਸੇਵਾ ਕਰਾਂਗਾ, ਦੇਸ਼ ਦੀ ਏਕਤਾ ਨਹੀਂ ਟੁੱਟਣ ਦਿਆਂਗਾ, ਸੋ ਮੈਂ ਅੱਗੇ ਤਾਂ ਤੁਹਾਨੂੰ ਵਧਣ ਨਹੀਂ ਦੇਣਾ ਜੋ ਮਰਜ਼ੀ ਕਰਨਾ ਪਵੇ। ਹੁਣ ਤੁਸੀਂ ਸੋਚ ਲਓ ਵੀ ਪਹਿਲਾਂ ਜੋ ਹੋਇਆ ਜੇ ਇਹੀ ਘੱਡੂ ਘਰ ਕਰਾਉਣਾ ਫਿਰ ਤੁਹਾਡੀ ਮਰਜ਼ੀ ਹੈ, ਚੰਗੀ ਹੋਊਗੀ ਜੇ, ਔਰ ਲੋਕ ਸਿਆਣੇ ਸੀ, ਲੋਕ ਸਮਝੇ ਔਰ ਕੁਛ ਨਹੀਂ ਹੋਇਆ, ਠੀਕ ਹੈ। ਉਦੋਂ ਜ਼ਿਆਦਾ ਵੱਡਾ ਮਾਮਲਾ ਨਹੀਂ ਇਹ ਹੋ ਸਕਦਾ ਸੀ ਬਾਬਰੀ ਮਸਜਿਦ ਦਾ, ਉਦੋਂ ਜ਼ਿਆਦਾ ਤਕੜੇ ਨਹੀਂ ਹੈਗੇ ਹਿੰਦੂ, ਮੈਂ ਕਹਿਣ ਨੂੰ ਤਿਆਰ ਹਾਂ ਵੀ ਹਿੰਦੂ ਸਿੱਖਾਂ ਜਿੰਨੇ ਇਸ ਫਾਈਟ ਦੇ ਵਿੱਚ ਇੰਨੇ ਤਕੜੇ ਨਹੀਂ ਹੈਗੇ, ਮੈਂ ਕਦੀ ਨਹੀਂ ਦੇਖੇ ਲੜਦੇ ਉਸ ਤਰੀਕੇ ਨਾਲ, ਵਿਅਕਤੀਗਤ ਕੋਈ ਹੋ ਸਕਦੀ ਕਮਜ਼ੋਰੀ ਐਜ਼ ਏ ਕਮਿਊਨਿਟੀ। ਸੋ ਇਸ ਕਰਕੇ ਉਦੋਂ ਨਰਸਿਮਹਾ ਰਾਓ ਵੀ ਕਿਤੇ ਨਾ ਕਿਤੇ, ਕਿਉਂਕਿ ਉਹ ਤਾਂ ਹੁਣ ਜਿਹੜੀ ਬਿਬਰਹਨ ਕਮਿਸ਼ਨ ਰਿਪੋਰਟ ਹੈ ਉਹਦੇ ਵਿੱਚ ਹੀ ਆ ਗਈ ਇਹਨਾਂ ਦੀ ਇੰਡੈਕਸ 'ਚ, ਹੁਣ ਤਾਂ ਉਸ ਤੋਂ ਬਾਅਦ ਕਿੰਨੇ ਅਧਿਕਾਰੀ ਜਿਹੜੇ ਉਸ ਵਕਤ ਦੇ ਸੀ ਉਹਨਾਂ ਨੇ ਕਹਿਤਾ ਵੀ ਇਹ ਬੜੇ ਢਿੱਲੇ ਰਹੇ ਇਸ ਮਾਮਲੇ, ਜੋ ਤੁਸੀਂ ਵੀ ਕਿਹਾ ਵੀ ਕਮਿਸ਼ਨ ਜਾਂ ਓਮਿਸ਼ਨ, ਅਤੇ ਉਹ ਕਮਿਸ਼ਨ ਕਰਿਆ ਇਹਨਾਂ ਨੇ, ਇਹ ਉੱਤੋਂ ਤਾਂ ਕਹੀ ਗਏ ਅਡਵਾਨੀ ਸਾਹਿਬ ਹੋਰੀ ਵੀ ਨਾ 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 ਬਈ ਤੁਸੀਂ ਬਾਹਰ ਆ ਜਾਓ, ਪਹਿਲਾਂ ਤਾਂ ਉਹਨੂੰ ਅੰਦਰ ਜਾਣੋਂ ਨਹੀਂ ਰੋਕਿਆ, ਫਿਰ ਦੂਜੇ ਪਾਸੇ ਕਹਿੰਦੇ ਇੱਕ ਧੱਕਾ ਹੋਰ, ਇੱਕ ਧੱਕਾ ਹੋਰ, ਉਹ ਬਾਬਰੀ ਮਸਜਿਦ ਇਹਨਾਂ ਸਾਰਿਆਂ ਨੇ ਰਲ ਕੇ ਢਹਾਈ ਹੈ, ਔਰ ਹੋ ਸਕਦਾ ਇਹਨਾਂ ਦੋਹਾਂ ਧਿਰਾਂ ਦਾ ਇਹ ਹੋਵੇ ਵੀ ਯਾਰ ਇੱਕ ਵਾਰੀ ਇਹਨੂੰ ਢਾਹੋ ਦੇਖੀ ਜਾਓ ਜੋ ਹੁੰਦਾ ਬਾਅਦ 'ਚ। ਸੋ ਇਸ ਕਰਕੇ ਇਹ ਕੰਪਲੀਸੈਂਸੀ ਸੀ ਜਿਹੜੀ ਬਾਬਰੀ ਮਸਜਿਦ ਕਿਹਦੀ ਸੀ, ਜੇ ਅਸੀਂ ਆਏ ਇਤਿਹਾਸ ਨੂੰ ਫਰੋਲਾਂਗੇ ਤਾਂ ਫਿਰ ਕਦੀ ਵੀ ਬਿਲਕੁਲ ਇਤਿਹਾਸ ਮਾਲਿਕਾਨਾ ਹੱਕ ਨੂੰ ਲੈ ਕੇ ਤਾਂ ਉਹ ਤਾਂ ਸੁਣਵਾਈ ਚੱਲ ਹੀ ਰਹੀ ਹੈ, ਉਹ ਅਸੀਂ ਨਾ ਹੀ ਫਰੋਲੀਏ। ਪ੍ਰੋਫੈਸਰ ਮਨਜੀਤ ਸਿੰਘ, ਇਹ ਪੋਲੀਟੀਕਲੀ ਇਸ ਪੂਰੇ ਸਿਨੈਰੀਓ ਨੂੰ ਇਹ ਕਿਹੜੇ ਭਵਿੱਖ ਵੱਲ ਇਸ਼ਾਰਾ ਕਰ ਰਿਹਾ, ਦੇਸ਼ ਦਾ ਭਵਿੱਖ ਹੁਣ ਇਸ ਫੈਸਲੇ ਤੋਂ ਕਿਸ ਦਿਸ਼ਾ ਵੱਲ ਜਾ ਰਿਹਾ? ਦੇਖੋ ਬੜੇ ਅਫਸੋਸ ਦੀ ਗੱਲ ਆ, ਇਸਲਾਮ ਨੇ ਵੀ ਲੋਕਾਂ ਨੂੰ ਜੋੜਿਆ ਅਤੇ ਵੈਸੇ ਸਿੱਖ ਧਰਮ ਨੇ ਵੀ ਕੋਸ਼ਿਸ਼ ਕੀਤੀ ਲੋਕਾਂ ਨੂੰ ਜੋੜਨ ਦੀ, ਜਾਤ ਪਾਤ ਹਟਾ ਕੇ ਹੋਰ ਜੈਂਡਰ ਜਿਹੜੇ ਅਧਾਰਤ ਇੱਕ ਦੂਜੇ 'ਚ ਫਰਕ ਵੱਖਰੇ ਨੇ ਉਹਨੂੰ ਹਟਾ ਕੇ, ਪਰ ਇੱਕ ਵਾਹਦ ਹਿੰਦੂ ਸੱਭਿਆਚਾਰ ਜਾਂ ਧਰਮ ਇਹੋ ਜਿਹਾ ਕਹਿ ਲਓ ਜਿਹੜਾ ਜਾਤਾਂ ਨੂੰ ਅਪਰੂਵ ਕਰਦਾ, ਮੰਦਰਾਂ 'ਚ ਵੀ ਜੈਂਡਰ ਨੂੰ ਵੀ, ਔਰਤ ਨੂੰ ਵੀ ਥੱਲੇ ਦਿਖਾਉਂਦਾ ਅਤੇ ਕੁਛ ਲੋਕਾਂ ਨੂੰ ਮੰਦਰਾਂ 'ਚੋਂ ਵੀ ਬਾਹਰ ਰੱਖਦੇ। ਇਹੀ ਕਾਰਨ ਹੈ ਜਿਹੜੀ ਪਿਆਰੇ ਲਾਲ ਗਰਗ ਗੱਲ ਕਹਿ ਰਿਹਾ ਕਿ ਅਸੀਂ ਕਦੀ ਇਹਨਾਂ ਨੂੰ ਲੜਦੇ ਨਹੀਂ ਦੇਖਿਆ, ਤਕੜੇ ਨਹੀਂ ਦੇਖਿਆ। ਤਕੜੇ ਕਿੱਥੋਂ ਹੋਣਾ, ਕਿਉਂਕਿ ਤਕੜੇ ਤਾਂ ਹੀ ਹੋਣਗੇ ਜੇ ਤੁਸੀਂ ਪੂਰੇ ਆਪਣੇ ਸਮੁਦਾਇ ਨੂੰ ਬਰਾਬਰਤਾ ਦਾ ਹੱਕ, ਬਰਾਬਰਤਾ ਦੀ ਇੱਜ਼ਤ, ਸਾਰਾ ਕੁਝ ਬਰਾਬਰਤਾ ਦਾ ਦੇ ਕੇ ਚੱਲੋਗੇ ਤਾਂ ਇੱਕ ਸਮੁਦਾਇ ਸਾਰਾ ਆਪਣੇ ਆਪ ਨੂੰ ਬਰਾਬਰ ਦਾ ਹਰ ਚੀਜ਼ ਦਾ, ਦੇਸ਼ ਭਗਤੀ 'ਚ ਵੀ, ਚੁਣੌਤੀਆਂ 'ਚ ਵੀ, ਅਤੇ ਉਸਦੇ ਵਿਕਾਸ ਲਈ ਵੀ ਸਾਰਾ ਦਾ, ਉਹਦੇ ਫਲਾਂ ਦਾ ਵੀ ਹੱਕਦਾਰ ਬਰਾਬਰ ਦਾ ਹੋਊਗਾ, ਔਰ ਉਹਦੇ ਲਈ ਜਿਹੜੀ ਤਕਲੀਫ ਜਾਂ ਫਲ ਪੈਦਾ ਕਰਨ ਲਈ ਉਹਦੇ ਲਈ ਵੀ ਹੱਕਦਾਰ ਹੋਊ। ਇਹੀ ਕਾਰਨ ਹੈ ਕਿ ਉੱਧਰੋਂ ਦੇ ਕੁਛ ਕਾਰਨ ਦੇ ਵਿੱਚ ਪੂਰਾ ਇਹਨਾਂ ਦਾ ਪੂਰਾ ਹੁੰਦਾ ਨਹੀਂ ਹੈ, ਫਿਰ ਕੀ ਕਿ ਚਿੰਝੜੀਆਂ ਲਾਓ। ਧਰਮ ਜਿਹੜਾ ਜੋੜਦਾ ਆ ਉਹੋ ਹੀ ਧਰਮ ਅੱਜ ਦੇਸ਼ ਦੇ ਵਿੱਚ ਇੱਕ ਅਜੀਬ ਕਿਸਮ ਦਾ ਮਾਹੌਲ ਜਿਹੜੀ ਵਾਰ ਵਾਰ ਸਾਰੀਆਂ ਸਰਕੂਲਰ ਆ ਰਹੇ ਆ, ਉਹ ਉਸੇ ਡਰ 'ਚੋਂ ਵਾ ਕਿ ਕਿਤੇ ਅੱਗ ਨਾ ਲੱਗ ਜੇ ਕਿਤੇ, ਕਿਉਂਕਿ ਮੁਸਲਮਾਨਾਂ ਦੀ ਗਿਣਤੀ ਕੋਈ ਘੱਟ ਨਹੀਂ ਹੈ, ਹਾਲਾਂਕਿ ਉਹ ਬਹੁਤ ਦੱਬੇ ਹੋਏ ਆ, ਬਹੁਤ ਪਛੜੇ ਹੋਏ ਵੀ ਆ ਆਰਥਿਕ ਤੌਰ 'ਤੇ ਹਰ ਤਰੀਕੇ ਦੇ ਨਾਲ, ਪਰ ਉਹਦੇ ਬਾਵਜੂਦ ਵੀ ਜਦੋਂ ਧਰਮ ਦਾ ਮਾਮਲਾ ਆ ਜਾਂਦਾ ਹਰ ਕੋਈ ਮਰਨ ਲਈ ਤਿਆਰ ਹੋ ਜਾਂਦਾ। ਅਤੇ ਇਹ ਤਾਕਤ ਇੰਨੀ ਹਿੰਦੂ ਮੈਜੋਰਿਟੀ ਦੇ, ਵੱਡੀ ਮੈਜੋਰਿਟੀ 'ਚ ਹੋਣ ਦੇ ਬਾਵਜੂਦ ਵੀ ਅਜੇ ਵੀ ਅੰਦਰੋਂ ਕਿਤੇ ਉੰਨੀ ਤਾਕਤ ਜਾਂ ਇੱਕ ਡਰ ਦਾ ਪਾਇਆ ਜ਼ਰੂਰ ਰਹਿੰਦਾ। ਪਾਕਿਸਤਾਨ ਦਾ ਇਹ ਰੋਜ਼ ਰੌਲਾ ਪਈ ਜਾਂਦਾ, ਪਾਕਿਸਤਾਨ ਸਾਡੇ ਨਾਲੋਂ ਕਿੰਨਾ ਛੋਟਾ, ਕਿੰਨਾ ਹਰ ਪਾਸਿਓਂ ਹੈਗਾ, ਪਰ ਅਸੀਂ ਹਰ ਹੁਣ ਜੋ ਉੱਥੇ ਆ ਹੋ ਗਿਆ ਅੱਤਵਾਦੀ ਕੈਂਪ ਲਾ ਗਏ, ਹੁਣ ਇੰਝ ਹੋਜੂ, ਹੁਣ ਜੋ ਉਂਝ ਕਰ ਦੇਣਗੇ ਸਾਡੇ ਬੰਦਿਆਂ 'ਤੇ ਹਮਲਾ, ਕਿਉਂ ਡਰਦੇ ਰਹਿੰਦੇ ਹਾਂ, ਕਿਉਂ ਅਸੀਂ ਡਿਫੈਂਸਿਵ ਹਮੇਸ਼ਾ ਰਹਿੰਦੇ? ਉਹਦਾ ਕਾਰਨ ਹੈ ਕਿ ਸਾਨੂੰ ਆਪਣੀ ਹੀ ਜੁੜਤ ਅਤੇ ਆਪਣੀ ਏਕਤਾ, ਆਪਣੀ ਤਾਕਤ ਦੇ ਵਿੱਚ ਭਰੋਸਾ ਨਹੀਂ ਹੈ, ਨਾ
ਤਾਂ ਅਸੀਂ ਉਧਰ ਨੂੰ ਚੱਲਣ ਲਈ ਤਿਆਰ ਹਾਂ। ਲੜਾਈਆਂ ਕਰਾ ਕੇ ਵੋਟਾਂ ਇਕੱਠੀਆਂ ਕਰਨੀਆਂ, ਧਰਮ ਦੇ ਮੈਜੋਰਿਟੀ ਮਿਨੋਰਿਟੀ ਦੇ ਮੁੱਦੇ ਬਣਾ ਕੇ ਵੋਟਾਂ ਲੈਣੀਆਂ। ਪਿਛਲੀ ਵਾਰੀ ਬਾਲਾਕੋਟ ਦੇ ਉੱਤੇ 303 ਸੀਟਾਂ ਲੈ ਲਈਆਂ, ਐਤਕੀ ਬਾਬਰੀ ਮਸਜਿਦ ਦਾ ਮੰਦਾ ਚੱਲਿਆ ਰਹੂਗਾ। ਇਸ ਕਰਕੇ ਲੋਕਾਂ ਨੂੰ ਤੋੜਨ ਵਾਲੀ, ਲੋਕਾਂ ਨੂੰ ਇੱਕ ਦੂਜੇ ਨਾਲੋਂ ਨਖੇੜਨ ਵਾਲੀ ਜਿਹੜੀ ਰਾਜਨੀਤੀ ਆ ਔਰ ਧਰਮ ਦੇ ਵਿਪਰੀਤ ਆ ਜਿਹੜੀ ਇਹੋ ਜਿਹੀ ਰਾਜਨੀਤੀ, ਉਹ ਬੜੀ ਅਫਸੋਸਜਨਕ ਹੈ। ਇਹੀ ਕਾਰਨ ਹੈ ਕਿ ਅਲਰਟ ਦਿੱਤਾ ਜਾ ਰਿਹਾ। ਇੱਕ ਛੋਟਾ ਬ੍ਰੇਕ ਲੈ ਰਹੇ, ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਔਰ ਵਾਪਸ ਆ ਕੇ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਬੀਜੇਪੀ ਅਤੇ ਕਾਂਗਰਸ ਜਿਹੜੇ ਅੱਜ ਕਹਿ ਰਹੇ ਨੇ ਕਿ ਅਸੀਂ ਕਾਨੂੰਨ, ਸੰਵਿਧਾਨ ਜਾਂ ਅਦਾਲਤ ਇਸ ਸਭ ਦੇ ਦਾਇਰੇ ਵਿੱਚ ਸਾਰਾ ਕੁਛ ਕਰਾਂਗੇ ਔਰ ਸੰਵਿਧਾਨ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈਗਾ ਉਸਨੂੰ ਮੰਨਾਂਗੇ, ਉਸ ਤੋਂ ਬਾਅਦ ਜਿਹੜੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ, ਦੋਵਾਂ ਨੇ ਉਸ ਵੇਲੇ ਸਟੈਂਡ ਕਿਉਂ ਨਹੀਂ ਲਿਆ ਜਦੋਂ ਇਹ ਹਾਲਾਤ ਜਿਹੜੇ ਸੀਗੇ ਜਿਸ ਬੇਸ ਤੋਂ ਜਿਸ ਦੇ ਵਿਗੜਨੇ ਸ਼ੁਰੂ ਹੁੰਦੇ ਨੇ ਉਸ ਵੇਲੇ ਇਹ ਦੋਵੇਂ ਕੀ ਕਰ ਰਹੇ ਸੀਗੇ, ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਸਵਾਲ ਇੱਕ ਅਸੀਂ ਪੁੱਛ ਰਹੇ ਹਾਂ, ਅਜੇ ਅਯੋਧਿਆ 'ਤੇ ਸੁਪਰੀਮ ਕੋਰਟ ਦੇ ਫੈਸਲੇ ਦੇ ਨਾਲ ਦੇਸ਼ ਦਾ ਕਿਹੜਾ ਭਵਿੱਖ ਜੁੜਿਆ? ਹਰਜੀਤ ਸਿੰਘ ਭੁੱਲਰ, 90 ਦਾ ਉਹ ਦਹਾਕਾ ਜਿਸ ਵੇਲੇ ਇਹ ਸਾਰਾ ਜਿਹੜਾ ਸਭ ਕੁਝ ਜੋ ਅੱਜ ਦੀ ਤਾਰੀਖ ਵਿੱਚ ਅਦਾਲਤ ਦੇ ਵਿੱਚ ਹੈ ਇਹ ਉਸ ਵੇਲੇ ਗਰਮਾਇਆ ਔਰ ਇੱਕ ਰੱਥ ਯਾਤਰਾ ਕਰਕੇ ਜਿਹੜਾ ਇਹ ਸ਼ੁਰੂ ਹੁੰਦਾ ਹੈ, ਤੁਹਾਨੂੰ ਲੱਗਦਾ ਕਿ ਅੱਜ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਸੰਵਿਧਾਨ ਦੇ ਮੁਤਾਬਿਕ ਕੀ ਆ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੋਏਗਾ ਉਹ ਮੰਨਾਂਗੇ, ਉਸ ਵੇਲੇ ਜੇ ਇਹ ਕੋਸ਼ਿਸ਼ ਕੀਤੀ ਜਾਂਦੀ ਤਾਂ ਸ਼ਾਇਦ ਹਾਲਾਤ ਅੱਜ ਇੰਨੇ ਟੈਂਸ ਨਾ ਹੁੰਦੇ ਕਿ ਪੀਐਮ ਨੂੰ ਵੀ ਬਿਆਨ ਦੇਣਾ ਪਿਆ? ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਵੀ ਹਾਲਾਤ ਉਦੋਂ ਕੀ ਸੀਗੇ ਅਤੇ ਅੱਜ ਕੀ ਸੀਗੇ, ਅਗਰ ਤੁਸੀਂ ਡਿਫਰੈਂਸ ਕਰੋਗੇ ਇਹਨੂੰ ਤਾਂ ਉਦੋਂ ਜਿਹੜੀ ਡਾਕਟਰ ਸਾਹਿਬ ਨੇ ਗੱਲ ਕਹੀ ਔਰ ਪ੍ਰੋਫੈਸਰ ਸਾਹਿਬ ਵੀ ਗੱਲ ਕਰ ਰਹੇ ਸੀਗੇ, ਦੋਨਾਂ ਦਾ ਇੱਕੋ ਮਤ ਸੀਗਾ ਹਿੰਦੂ ਔਰ ਹਿੰਦੂਇਜ਼ਮ। ਪ੍ਰੋਫੈਸਰ ਸਾਹਿਬ ਨੂੰ ਮੈਂ ਇੰਨਾ ਦੱਸਣਾ ਚਾਹੁੰਦਾ ਕਿ ਮੁਸਲਿਮ ਜਿਹੜਾ ਹੈਗਾ ਉੱਥੇ ਕੀ ਕੰਡੀਸ਼ਨ ਹੈ ਔਰਤਾਂ ਦੀ ਔਰ ਉਹਨਾਂ ਦੇ ਲੋਕਾਂ ਦੀ, ਮੈਂ ਖਿਆਲ ਉਹਨੂੰ ਪੜ੍ਹ ਲੈਣ 'ਤੇ ਜ਼ਿਆਦਾ ਪਤਾ ਲੱਗ ਜਾਏਗਾ। ਐਵੇਂ ਆਪਾਂ ਇੱਕ ਕਮਿਊਨਿਟੀ ਨੂੰ ਜਿਹੜਾ ਹੈ ਕੰਡੈਮ ਕਰੀ ਜਾਈਏ ਔਰ ਦੂਸਰੀ ਜਿਹੜੀ ਗੱਲ ਹੈਗੀ ਹੈ ਸ਼ਹਾਦਤਾਂ ਦੀ ਜਾਂ ਲੜ ਨਹੀਂ ਸਕਦੇ, ਅੱਜ ਬਾਰਡਰਾਂ ਦੇ ਉੱਤੇ ਜਿਹੜੇ ਸ਼ਹੀਦ ਹੁੰਦੇ ਆ ਉਹ ਸਾਰੇ ਕੋਈ ਮੁਸਲਮਾਨ ਨਹੀਂ ਹੁੰਦੇ ਉਹਨਾਂ ਵਿੱਚ ਜਾਂ ਕੋਈ ਹੋਰ ਨਹੀਂ ਹੁੰਦੇ, ਉਹ 'ਚ ਹਿੰਦੂ ਹੀ ਹੁੰਦੇ ਆ। ਅਸੀਂ ਉਹਨੂੰ ਧਰਮ ਦੇ ਹਿਸਾਬ ਨਾਲ ਦੇਖਦੇ ਜੇ ਪੁਰਾਣੀਆਂ ਲੜਾਈਆਂ ਦੇਖ ਲਓ ਤੁਸੀਂ ਮੁਸਲਮਾਨਾਂ ਔਰ ਕਿੰਨੇ ਲੋਕਾਂ ਨੇ ਸ਼ਹਾਦਤ ਦਿੱਤੀ ਹੈ, ਚਾਂਸਲਰ ਦੀ ਰਾਣੀ ਵੀ ਹੋਈ ਉਹਦੇ ਵਿੱਚ। ਦੇਖੋ ਮੈਂ ਟੋਟਲ ਤੁਹਾਨੂੰ ਦੱਸਿਆ ਕਿ ਐਵੇਂ ਆਪਾਂ ਇਹ ਕਹੀਏ ਨਹੀਂ ਜੀ ਇਹ ਕਰ ਨਹੀਂ ਸਕਦੇ, ਬਾਰ ਬਾਰ ਉਹਦੀ ਡਿਮਾਂਡ ਕੀਤੀ ਜਾ ਰਹੀ ਸੀ ਔਰ ਉਹ ਚੈਪਟਰ ਕਲੋਜ਼ ਹੋ ਗਿਆ ਜਦੋਂ ਹਾਈ ਕੋਰਟ ਨੇ ਇਹ ਡਿਸੀਜਨ ਦੇ ਦਿੱਤਾ ਉੱਥੇ ਖੁਦਾਈ ਕਰਕੇ ਕਿ ਵਾਕਿਆ ਹੀ ਥੱਲੇ ਜਿਹੜੇ ਸੀਗੇ ਮੰਦਰ ਦੇ ਉਹ ਮੈਂ ਦੱਸਦਾ ਚਲੋ ਹਰ ਕੋਈ ਪੋਲਿਟਿਕਸ ਚਲਾਉਂਦਾ ਹੈਗਾ ਜੀ, ਹਰ ਕਈ ਲਾਈਨ ਚੱਲਦੀ ਹੈ। ਅਗਰ ਅਸੀਂ ਡਿਮਾਂਡ ਕਰ ਰਹੇ ਸੀਗੇ ਵੀ ਉੱਥੇ ਇੱਕ ਮੰਦਰ ਸੀਗਾ, ਮੰਦਰ ਉੱਤੇ ਬਣਾ ਦਿੱਤੀ ਗਈ ਹੈ ਤੇ ਅਗਰ ਉਹਨੂੰ ਅਸੀਂ ਸਾਬਤ ਕਰਤਾ ਕਿ ਵਾਕਿਆ ਹੀ ਮੰਦਰ ਸੀ ਉੱਥੇ, ਤੁਸੀਂ ਕੀ ਗਲਤ ਕਰਤਾ ਜੀ? ਠੀਕ ਹੈ, ਅੱਛਾ ਅੱਛਾ, ਤੁਹਾਡੀ ਇਹ ਲਾਈਨ ਜਿਹੜੀ ਹੈਗੀ ਹੈ ਤੁਸੀਂ ਇਹਨੂੰ ਆਪਣੇ ਮੈਨੀਫੈਸਟੋ ਵਿੱਚ ਵੀ ਸ਼ਾਮਿਲ ਕਰ ਦਿਓ, ਸੰਵਿਧਾਨ ਜਿਹੜਾ ਬਿਲਕੁਲ ਕਰਦੇ ਹਾਂ, ਕੋਈ ਡਾਊਟ ਨਹੀਂ ਹੈਗਾ, ਕਰਾਂਗੇ ਇਸਨੂੰ ਸੋਲਵ ਕਰਾਂਗੇ। ਇਹ ਸਿਰਫ ਇੱਕੋ ਧਰਮ ਦੇ ਲਈ ਹੈ, ਤੁਸੀਂ ਜਿਸ ਹਿਸਾਬ ਨਾਲ ਕਹਿੰਦੇ ਹੋ ਕਿ ਨਹੀਂ ਅਸੀਂ ਬਾਕੀਆਂ ਨੂੰ ਵੀ ਨਾਲ ਲੈ ਕੇ ਚੱਲਦੇ, ਬਾਕੀਆਂ ਨੂੰ ਬਿਲਕੁਲ ਸਾਰਾ ਨਾਲ ਲੈ ਕੇ ਚੱਲਦੇ ਹਾਂ, ਲੇਕਿਨ ਜਿਹੜੀ ਚੀਜ਼ ਦਾ ਸੀਗਾ ਇੱਕ ਰਾਮ ਜਨਮ ਭੂਮੀ ਸੀ ਉੱਥੇ, ਬਾਕੀ ਧਰਮਾਂ ਦਾ ਵੀ ਜੇ ਕੋਈ ਅਜਿਹਾ ਵਿਵਾਦ ਹੋਏਗਾ ਤਾਂ ਸੁਲਝਾਓਗੇ? ਬਿਲਕੁਲ ਸੁਲਝਾਵਾਂਗੇ, ਕੁਛ ਕੀ ਪ੍ਰੋਬਲਮ ਹੈ? ਸਿੱਖਾਂ ਦੇ ਦੋ ਅਹਿਮ ਮਸਲੇ ਨੇ, ਸਿੱਕਮ ਵਿੱਚ ਡਾਂਗਮਾਰ ਸਾਹਿਬ ਤੇ ਹਰਿਦੁਆਰ ਵਿੱਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ। ਉਸਤੇ ਬੀਜੇਪੀ ਦਾ ਸਟੈਂਡ ਕੀ? ਦੇਖੋ ਬੀਜੇਪੀ ਦਾ ਇੱਕੋ ਸਟੈਂਡ ਰਿਹਾ, ਕੋਰਟ ਦੇ ਵਿੱਚ ਕੇਸ ਗਿਆ, ਕੋਰਟ ਜੋ ਆ ਡਿਸੀਜਨ ਦਊਗੀ, ਚਾਹੇ ਉਹ ਬਾਬਰੀ ਮਸਜਿਦ ਦੇ ਹੱਕ 'ਚ ਦੇਵੇ ਚਾਹੇ ਮੰਦਰ ਦੇ ਹੱਕ 'ਚ ਦੇਵੇ, ਉਹਨੂੰ ਮੰਨਾਂਗੇ ਅਸੀਂ। ਅਡਵਾਨੀ ਜਦੋਂ ਉੱਥੇ ਜਾ ਕੇ ਰੱਥ ਯਾਤਰਾ ਕਰ ਰਹੇ ਸੀ, ਅਕਾਰ ਸੇਵਕਾਂ ਨੂੰ ਕਹਿ ਰਹੇ ਸੀ ਕਿ ਇੱਥੇ ਜ਼ਮੀਨ ਜਿਹੜੀ ਹੈਗੀ ਆ, ਤੁਹਾਡੇ ਸੀਨੀਅਰ ਆਗੂਆਂ ਨੇ ਵੀ ਇਹ ਬਿਆਨ ਦਿੱਤੇ ਕਿ ਜ਼ਮੀਨ ਜਿਹੜੀ ਹੈਗੀ ਆ ਸਮਤਲ ਕਰਨੀ ਪੈਂਦੀ ਹੈ, ਉਸ ਵੇਲੇ ਕੋਰਟ ਦਾ ਕਿਸੇ ਨੂੰ ਨਹੀਂ ਪਤਾ ਸੀ ਜਾਂ ਕੋਰਟ ਦਾ ਐਡਰੈਸ ਨਹੀਂ ਸੀ ਪਤਾ? ਉਹਦੀ ਉਹਨਾਂ ਨੇ ਸਜ਼ਾ ਵੀ ਭੁਗਤੀ, ਉਹ ਕੇਸ ਵੀ ਚੱਲੇ ਨੇ, ਜੇ ਉਹਨਾਂ ਨੇ ਗਲਤੀ ਕੀਤੀ ਸੀ ਉਹਦਾ ਕੋਰਟ ਨੇ ਗਲਤੀ ਕੀਤੀ ਸੀ ਤੁਸੀਂ ਮੰਨ ਰਹੇ ਹੋ? ਮੈਂ ਕਹਿੰਦਾ ਅਗਰ ਕੋਈ ਉਹਨਾਂ ਨੇ ਗਲਤੀ ਕੀਤੀ, ਸੁਖਦੇਵ ਸਿੰਘ ਰੋਪੜ ਸਾਹਿਬ, ਕੱਲੀ ਬੀਜੇਪੀ ਨੂੰ ਕਿਉਂ, ਕਾਂਗਰਸ ਨੂੰ ਕਿਉਂ ਨਾ ਪੁੱਛੀ ਇਹ ਗਲਤੀ ਤੁਸੀਂ ਕੀਤੀ ਜਾਂ ਨਹੀਂ ਕੀਤੀ, ਕੇਂਦਰ ਵਿੱਚ ਤੁਸੀਂ ਸੀਗੇ? ਨਹੀਂ ਦੇਖੋ ਗੱਲ ਇਹ ਹੈ ਸਰ ਵੀ ਜਿਹੜਾ ਆਪਣਾ ਲਾ ਐਂਡ ਆਰਡਰ ਇੱਕ ਸਟੇਟ ਸਬਜੈਕਟ ਹੁੰਦਾ, ਉਸ ਟਾਈਮ ਦੇ ਉੱਥੋਂ ਦੇ ਮੁੱਖ ਮੰਤਰੀ ਕਲਿਆਣ ਸਿੰਘ ਨੇ ਜਿਹੜੇ ਇਹ ਅਸ਼ੋਰ ਕੀਤਾ ਸੀਗਾ ਵੀ ਮੈਂ ਇੱਥੇ ਕੋਈ ਉਹ ਨਹੀਂ ਹੋਣ ਦੇਊਂਗਾ, ਵੀ ਇੱਕ ਬੜਾ ਪੀਸਫੁੱਲ ਜਿਹਾ ਇੱਕ ਸਾਡਾ ਇੱਥੇ ਡੈਮੋਨਸਟ੍ਰੇਸ਼ਨ ਹੈ। ਠੀਕ ਹੈ, ਬਾਅਦ 'ਚ ਉਹਨਾਂ ਨੇ ਉਹਨੂੰ ਯੂਟੀਲਾਈਜ਼ ਕੀਤਾ ਦੂਸਰੇ ਤਰੀਕੇ ਨਾਲ, ਉਹ ਗੱਲ ਵੱਖਰੀ ਹੈ। ਇਸ ਕਰਕੇ ਕਾਂਗਰਸ ਦਾ ਉਦੋਂ ਵੀ ਬੜਾ ਸਪਸ਼ਟ ਸਟੈਂਡ ਸੀ ਔਰ ਜਿਹਦੇ ਕਰਕੇ ਉੱਥੋਂ ਦੀ ਕਲਿਆਣ ਸਿੰਘ ਦੀ ਸਰਕਾਰ ਨੂੰ ਤੋੜਿਆ ਵੀ ਗਿਆ, ਵੀ ਬੜਾ ਸਪਸ਼ਟ ਸਟੈਂਡ ਸੀ ਪਹਿਲਾਂ ਤੋਂ ਫਰੋਮ ਡੇ ਵਨ ਵੀ ਜਿਹੜਾ ਇਹ ਹੈਗਾ ਵੀ ਇੱਕ ਲੀਗਲ ਮੈਟਰ ਹੈ, ਉਹਨੂੰ ਲੀਗਲ ਤਰੀਕੇ ਨਾਲ ਇਹਨੂੰ ਹੈਂਡਲ ਹੋਣ ਦਿਓ। ਪਰ ਠੀਕ ਹੈ ਵੀ ਕੁਛ ਪਾਰਟੀਆਂ ਨੇ ਪਾਰਟੀਕੁਲਰਲੀ ਬੀਜੇਪੀ ਨੇ ਜਿਹੜਾ ਹੈਗਾ ਉਹਨੂੰ ਆਪਣਾ ਪੋਲ ਏਜੰਡੇ 'ਚ ਵੀ ਬਣਾਇਆ ਔਰ ਉਹਨਾਂ ਨੇ ਉਸ 'ਤੇ ਵੱਖਰੇ ਵੱਖਰੇ ਬਿਆਨ ਵੀ ਆਉਂਦੇ ਰਹੇ। ਪਰ ਦੂਜੀ ਗੱਲ ਜਿਹੜੀ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਵੀ ਜਿਹੜਾ ਇੱਕ ਸਾਡਾ ਦੇਸ਼ ਹੈ ਇਹਦੇ ਵਿੱਚ ਮੇਰੇ ਖਿਆਲ ਦੇ ਵਿੱਚ ਆਮ ਲੋਕਾਂ ਦੇ ਵਿੱਚ ਕਿਤੇ ਕੋਈ ਹਿੰਦੂਇਜ਼ਮ, ਸਿੱਖਇਜ਼ਮ ਜਾਂ
कोई मुसलमानवाद कुछ नहीं है, ठीक है, असी इतने बैठ के ਬਣਾਈਏ ਵੀ ਨਹੀਂ, ਉਹ ਹਿੰਦੂ ਡਰਪੋਕ ਹੈ, ਸਿੱਖ ਡਰਪੋਕ ਹੈ, ਉਹ ਨਹੀਂ ਕਰਨਾ। ਇਹ ਤੁਹਾਡੀ ਪਾਰਟੀ ਦੇ ਸੀਨੀਅਰ ਆਗੂ ਨੇ ਰਾਹੁਲ ਗਾਂਧੀ, ਉਹਨਾਂ ਦਾ ਜਿਹੜਾ ਪਿਛਲੇ ਦਿਨਾਂ ਵਿਵਹਾਰ ਜਿਹੜਾ ਦੇਖਿਆ ਗਿਆ ਪਬਲਿਕ ਲਾਈਫ ਦੇ ਵਿੱਚ, ਉਸਨੇ ਕਿਤੇ ਨਾ ਕਿਤੇ ਕੁਐਸਚਨ ਖੜਾ ਕੀਤਾ ਕਿ ਕੀ ਕਾਂਗਰਸ ਸੌਫਟ ਹਿੰਦੂਇਜ਼ਮ ਵੱਲ ਜਾ ਰਹੀ ਹੈ। ਦੇਖੋ ਗੱਲ ਇੱਕ ਹੈ, ਜੇ ਕੋਈ ਜਿਸ ਕਿਸਮ ਜੋ ਕਿਸੇ ਜਿਹੜੀ ਧਰਮ 'ਚ ਧਰਮ ਆਸਥਾ ਉਹ ਰੱਖਦਾ, ਜੇ ਉਹ ਉਸਨੂੰ ਉਹਨੂੰ ਜੇ ਉੱਥੇ ਜਾਂਦਾ ਹੈ ਤਾਂ ਕੀ ਉਹ ਮਾੜਾ ਕਰਦਾ? ਮੈਂ ਕਹਿੰਦਾ ਵੀ ਮੈਂ ਸਿੱਖਇਜ਼ਮ 'ਚ ਵਿਸ਼ਵਾਸ ਕਰਦਾ, ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ, ਮੇਰੇ ਤਾਂ ਕੋਈ ਕਿੰਤੂ ਪਰੰਤੂ ਕਰੇ, ਮੈਨੂੰ ਤਾਂ ਆਪ ਤਕਲੀਫ ਹੋਊਗੀ। ਦੇਖੋ ਇਹ ਅਸੀਂ ਇੱਕ ਪਤਾ ਕੀ ਹੈਗਾ, ਮੈਂ ਇੱਕ ਗੱਲ ਤਾਂ ਮੇਰੀ ਗੱਲ ਤਾਂ ਤੁਹਾਨੂੰ ਬੁਰੀ ਲੱਗਣੀ ਹੈ, ਹਰ ਇੱਕ ਨੇ ਉਸਨੂੰ ਅਸੀਂ ਫੋਕਸ ਕਰਕੇ ਦਿਖਾਉਂਦੇ ਹਾਂ, ਕਿਤੇ ਕਿਸੇ ਲੀਡਰ ਨੇ ਇਹ ਤਾਂ ਨਹੀਂ ਕਿਹਾ ਮੈਨੂੰ ਦਿਖਾਓ ਵੀ ਟੀਵੀ 'ਤੇ, ਬਟ ਅਸੀਂ ਉਹਨੂੰ ਫੋਕਸ ਕਰ ਕਰਕੇ ਦਿਖਾਉਂਦੇ ਹਾਂ, ਦੇਖੋ ਇਹ ਸੌਫਟ ਹਿੰਦੂਇਜ਼ਮ ਹੈ, ਇਹ ਹਾਰਡ ਹਿੰਦੂਇਜ਼ਮ ਹੈ। ਰਾਹੁਲ ਗਾਂਧੀ ਤਾਂ ਹਿੰਦੂ ਧਰਮ ਦੇ ਮੁਤਾਬਕ ਚੱਲਦਾ, ਕੀ ਪ੍ਰੋਬਲਮ? ਵਿਸ਼ਵਾਸ ਜਿਹੜਾ ਸੀਗਾ ਸਾਹਮਣੇ ਆਉਣਾ ਸ਼ੁਰੂ ਹੋਇਆ, ਕਿਵੇਂ ਜੀ? ਇੱਕੋਦਮ ਹੀ ਇਹ ਸਾਰੀ ਐਕਟੀਵਿਟੀ ਸ਼ੁਰੂ ਹੋਈਆਂ ਕਿ ਰਾਹੁਲ ਗਾਂਧੀ ਮੰਦਿਰ ਜਾ ਰਹੇ ਆ। ਮੈਂ ਕਹਿੰਦਾ ਜੀ ਰਾਜੀਵ ਗਾਂਧੀ ਵੀ ਰੱਖਦੇ ਸੀ, ਸੰਜੇ ਗਾਂਧੀ ਵੀ ਰੱਖਦਾ ਸੀ, ਮਿਸਿਸ ਇੰਦਰਾ ਗਾਂਧੀ ਵੀ ਰੱਖਦੇ ਸੀ, ਪਰ ਉਸ ਟਾਈਮ ਦੇ ਉੱਤੇ ਟੀਵੀ ਦੇ ਕੈਮਰੇ ਨਹੀਂ ਸੀ ਹੁੰਦੇ ਸੀ, ਟੀਵੀ ਦੇ ਇੰਨੇ ਕੈਮਰੇ ਨਹੀਂ ਸੀ ਹੁੰਦੇ ਜਿੰਨੇ ਹੁਣ ਨੇ। ਦੇਖੋ ਜਿਸ ਤੱਕ ਸਵਾਲ ਆਇਆ ਗਗਨ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਸੁਖਦੇਵ ਜੀ ਦਾ ਆਪਣਾ ਇੱਕ ਵਿਚਾਰ ਹੈ ਕਿਉਂਕਿ ਉਹਨਾਂ ਦੀ ਪਾਰਟੀ ਆ, ਉਹਨਾਂ ਨੇ ਆਪਣੇ ਤਰੀਕੇ ਨਾਲ ਕਹਿਣਾ ਹੈ। ਇੱਕ ਇਸ਼ੂ ਇਹ ਹੈ, ਦੋਨਾਂ ਦੀ ਗੱਲ 'ਤੇ ਮੈਂ ਕਰਾਂਗਾ, ਇੱਕ ਤਾਂ ਇਹ ਵੀ ਇਹ ਹੁਣ ਆਇਆ, ਇਹ ਤਾਂ ਸਭ ਦੇ ਸਾਹਮਣੇ ਆ, ਮਤਲਬ ਪਹਿਲਾਂ ਉਹ ਜਾਂਦੇ ਸੀ, ਪਹਿਲਾਂ ਉਹ ਇੱਕ ਨਿੱਜੀ ਵਿਸ਼ਾ ਸੀ, ਉਹ ਹਿੰਦੂਇਜ਼ਮ ਨਹੀਂ ਸੀ ਉਸ ਤਰੀਕੇ ਨਾਲ, ਹੁਣ ਉਹ ਹਿੰਦੂਇਜ਼ਮ ਕਿਤੇ ਨਾ ਕਿਤੇ ਵੀ ਹਿੰਦੂਆਂ ਨੂੰ ਖੁਸ਼ ਕਰਨ ਦੀ ਗੱਲ ਹੈਗੀ ਹੈ, ਇਹ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਹੁਣ ਉਹਨਾਂ ਦੇ ਤਿਲਕ ਦੇਖੋ ਤੁਸੀਂ ਫੋਟੋਆਂ ਕੱਢ ਲਓ ਪੁਰਾਣੀਆਂ, ਤੁਹਾਨੂੰ ਸਾਹਮਣੇ ਲੱਗ ਜੂ ਵੀ ਹੁਣ ਕਿੰਨਾ ਲੰਬਾ ਤਿਲਕ ਹੈ, ਹੁਣ ਕਿਹੜੇ ਮੰਦਰ 'ਚ ਗਏ ਨੇ, ਕਿੱਥੇ ਗਏ ਨੇ, ਕਿੰਨੀਆਂ ਵਿਜ਼ਿਟਸ ਨੇ, ਪਹਿਲਾਂ ਕਿਉਂ ਨਹੀਂ ਹੈਗੀਆਂ? ਸੋ ਜਦ ਕਿਸੇ ਬੰਦੇ ਦੇ ਬਿਹੇਵੀਅਰ 'ਚ, ਮੈਂ ਇੱਕ ਡਾਕਟਰ ਹਾਂ, ਜਦ ਉਹ ਮਰੀਜ਼ ਦੀ ਹਾਲਤ 'ਚ ਚੇਂਜ ਆਉਂਦੀ ਹੈ, ਉਦੋਂ ਪਤਾ ਲੱਗਿਆ ਵੀ ਹੁਣ ਇਹ ਚੇਂਜ ਹੈ, ਕੋਈ ਵੱਡੀ ਚੇਂਜ ਹੈ, ਅਦਰਵਾਈਜ਼ ਨੋਰਮਲ ਤਾਂ ਨੋਰਮਲ ਹੁੰਦਾ। ਸੋ ਇਹ ਵੱਡੀ ਚੇਂਜ ਹੈਗੀ ਹੈ, ਠੀਕ ਅਬਜ਼ਰਵ ਕਰਿਆ ਤੁਸੀਂ, ਇਹਨੂੰ ਕੋਈ ਮੰਨੇ ਨਾ ਮੰਨੇ ਉਹ ਸੈਪਰੇਟ ਇਸ਼ੂ ਹੈ। ਦੂਜੀ ਗੱਲ ਮੈਂ ਇਹ ਕਹਿਣ ਤਿਆਰ ਹਾਂ ਵੀ ਜਿਵੇਂ ਬਾਰਡਰ ਦੇ ਉੱਤੇ ਤੁਸੀਂ ਰਾਈਟਲੀ ਕਿਹਾ, ਬਾਰਡਰ ਦੇ ਉੱਤੇ ਜਦ ਸਾਡਾ ਸਿਪਾਹੀ ਲੜਦਾ, ਸਾਡਾ ਜਵਾਨ ਲੜਦਾ ਜਾਂ ਕੋਈ ਅਫਸਰ ਲੜਦਾ, ਉਦੋਂ ਉਹ ਇੱਕ ਭਾਰਤੀ ਦੇ ਤੌਰ 'ਤੇ, ਭਾਰਤੀ ਫੌਜ ਦੇ ਰੱਖਿਆ ਦਸਤਿਆਂ ਦੇ ਤੌਰ 'ਤੇ ਲੜਦਾ, ਉਹਨਾਂ ਹਿੰਦੂ ਦੇ ਤੌਰ 'ਤੇ ਲੜਦਾ, ਹਾਲਾਂਕਿ ਉਹ ਹਿੰਦੂ ਹੈਗਾ, ਉਹ ਉੱਥੇ ਮੰਦਰ ਵੀ ਹੈਗੇ ਨੇ ਵਿੱਚ, ਉੱਥੇ ਗੁਰਦੁਆਰੇ ਵੀ ਨੇ, ਉੱਥੇ ਮਸੀਤਾਂ ਵੀ ਨੇ, ਉੱਥੇ ਸਾਂਝੇ ਫੰਕਸ਼ਨ ਵੀ ਹੁੰਦੇ ਨੇ, ਪਰ ਉਦੋਂ ਲੜਦਾ ਵੀ ਇਹ ਦੁਸ਼ਮਣ ਦੇਸ਼ ਨਾਲ ਮੇਰੀ ਲੜਾਈ ਆ, ਹੁਣ ਮੈਂ ਇੱਥੇ ਡਟ ਕੇ, ਉੱਥੇ ਤਾਂ ਜਾਣ ਦਿੰਦਾ, ਉਹ ਜਾਣ ਕੱਲਾ ਹਿੰਦੂ ਕਰਕੇ ਨਹੀਂ ਦਿੰਦਾ, ਉਹ ਦਿੰਦਾ ਕਿ ਮੈਂ ਦੇਸ਼ ਦਾ ਸਿਪਾਹੀ ਹਾਂ, ਔਰ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ, ਜਿਹਦੇ ਦੇਸ਼ ਦਾ ਸਿਪਾਹੀ ਇਸ ਗੱਲ 'ਚ ਵੰਡਿਆ ਗਿਆ ਕਿ ਮੈਂ ਹਿੰਦੂ ਹਾਂ ਜਾਂ ਸਿੱਖਾਂ ਜਾਂ ਮੁਸਲਮਾਨ ਹਾਂ ਜਾਂ ਈਸਾਈ ਹਾਂ, ਉਹਦੇ ਤਾਂ ਦੇਸ਼ ਦਾ ਬਹੁਤੇ ਪੱਠਾ ਵੇਜੂ, ਉਹਦੇ ਤਾਂ ਬਿਲਕੁਲ ਹੀ ਨਹੀਂ ਕਿਸੇ ਦੀ ਰੱਖਿਆ ਹੋਣੀ, ਜੇ ਸੁਰੱਖਿਆ ਦਸਤੇ ਦੇ ਹੱਥ ਜਿਹਦੇ ਹਥਿਆਰ ਹੈ, ਜਿਹੜਾ ਹਥਿਆਰ ਨੂੰ ਵਰਤ ਸਕਦਾ, ਜਦ ਉਹ ਧਰਮ ਦੇ ਨਾਂ ਦੇ ਉੱਤੇ ਹਥਿਆਰ ਵਰਤੇਗਾ, ਤਾਂ ਫਿਰ ਆਪਾਂ 47 ਦੇ ਵਿੱਚ ਦੇਖਿਆ ਹੀ ਆ, ਕਤਲੇਆਮ ਉਹਨਾਂ ਰਲ ਕੇ ਗੱਡੀਆਂ 'ਚੋਂ ਕਰਾਇਆ ਸੀ। ਸੋ ਇਸ ਕਰਕੇ ਸਾਨੂੰ ਇਹ ਪਾਸਾ ਨੈਗੇਟਿਵ ਹੈ। ਇੱਕ ਗੱਲ ਮੈਂ ਹੋਰ ਛੋਟੀ ਜਿਹੀ ਕਹਿਣੀ ਚਾਹਾਂਗਾ ਇੱਥੇ, ਇਹ ਕਹਿਣਾ ਇੱਕ ਕਮਿਊਨਿਟੀ ਦੇ ਤੌਰ ਦੇ ਉੱਤੇ ਜਿਹੜੀ ਰਾਜਿਆਂ ਦੀ ਲੜਾਈ ਸੀ, ਰਾਜੀ ਲੜਾਈ ਹਮੇਸ਼ਾ ਹੁੰਦੀ ਆਈ ਹੈ, ਜੇ ਪ੍ਰਿਥਵੀ ਚੰਦ ਸੀ ਅਤੇ ਜੈਚੰਦ ਵੀ ਤਾਂ ਸੀਗਾ ਪ੍ਰਿਥਵੀ ਰਾਜ ਚੌਹਾਨ ਦੇ ਨਾਲ। ਸੋ ਰਾਜਿਆਂ ਦੀ ਲੜਾਈ ਦੇ ਵਿੱਚ ਰਾਜੇ ਹਿੰਦੂ ਜੀ, ਜਿਹੜੀ ਅਸੀਂ 57 ਦੇ ਉਸਦੀ ਜਿਹਨੂੰ ਆਜ਼ਾਦੀ ਦੀ ਲੜਾਈ ਹੈ, ਉਹਦੇ ਵਿੱਚ ਬਹਾਦਰ ਸ਼ਾਹ ਜ਼ਫਰ ਸੀ ਜਿਹੜਾ ਉਹ ਆਗੂ ਸੀ ਉਹਨਾਂ ਦਾ, ਚਾਂਚਿਆ ਟੋਪੇ ਸੀਗਾ। ਸੋ ਇਹ ਅਸੀਂ ਇਹ ਕਹਿਣਾ ਕਿ ਉਹ ਲੜਾਈ ਹਿੰਦੂਆਂ ਜਾਂ ਮੁਸਲਮਾਨਾਂ ਦੀ ਸੀ, ਉਹ ਨਹੀਂ ਸੀ, ਉਹ ਰਾਜਿਆਂ ਦੀ ਲੜਾਈ ਸੀ ਆਪਣਾ ਰਾਜ ਵਾਪਸ ਪ੍ਰਾਪਤ ਕਰਨ ਵਾਸਤੇ। ਉਦੋਂ ਉੱਥੇ ਪੁਰਤਗੇਜ਼ ਵੀ ਆ ਚੁੱਕੇ ਸੀ, ਅੰਗਰੇਜ਼ ਜ਼ਿਆਦਾ ਮਤਲਬ ਅੱਗੇ ਤੱਕ ਵੱਧ ਗਏ ਸੀ, ਪੁਰਤਗੇਜ਼ਾਂ ਅਤੇ ਫਰਾਂਸੀਸੀ ਉਹਨਾਂ ਨੇ ਕਾਫੀ ਹਰਾ ਦਿੱਤਾ ਸੀ, ਉਹ ਪਿੱਛੇ ਰਹਿ ਗਏ ਸੀ, ਹਾਲਾਂਕਿ ਗੋਆ ਤਾਂ ਪੁਰਤਗੇਜ਼ਾਂ ਦੇ ਹੱਥ ਜਾ ਕੇ 57 'ਚ ਰਾਜ ਹੋਇਆ। ਸੋ ਪੁਰਤਗੇਜ਼ੀ ਅਤੇ ਫਰਾਂਸੀਸੀ ਵਪਾਰ ਬਿਲਕੁਲ ਪੋਲੀਟਿਕਸ ਦੀ ਲੜਾਈ ਸੀ, ਕਿਉਂਕਿ ਬੀਜੇਪੀ ਨੂੰ 1980 ਦੋ ਸੀਟਾਂ ਆਈਆਂ ਸੀ, ਉਸ ਤੋਂ ਬਾਅਦ ਦੇਖੋ ਤੁਸੀਂ ਇਹਨਾਂ ਦਾ ਗ੍ਰਾਫ ਕਿਵੇਂ ਵੱਧਦਾ ਗਿਆ, ਦੈਟ ਵਾਸ ਦੀ ਇਸ਼ੂ। ਆਪਣੇ ਆਪ ਨੂੰ ਐਸਟੈਬਲਿਸ਼ ਕਰਨ ਦੇ ਲਈ ਕਾਂਗਰਸ ਨੇ ਇਹ ਦੇਖ ਕੇ ਕਿ ਵੀ ਇਹ ਹਿੰਦੂ ਕਮਿਊਨਿਜ਼ਮ ਦੇ ਨਾਂ ਤੇ ਗਈ ਹੈ, ਮੈਂ ਕਹਾਂ ਕੋਈ ਕਹੇ ਵੀ ਇਹ 2004 'ਚ ਕਾਂਗਰਸ ਨੇ ਤਿਲਕ ਲਾਉਣੇ ਸ਼ੁਰੂ ਕਰੇ, ਨਹੀਂ ਕਰੇ, ਹਿੰਦੂ ਤੋਂ ਪਹਿਲਾਂ ਵੀ ਸੀਗੇ, ਹਿੰਦੂ ਧਰਮ ਵੀ ਮੰਨਦੇ ਰਹੇ ਨੇ, ਮੰਦਰਾਂ 'ਚ ਵੀ ਜਾਂਦੇ ਸੀ, ਇੰਦਰਾ ਗਾਂਧੀ ਜੀ ਵੀ ਜਾਂਦੇ ਸੀਗੇ, ਸ਼੍ਰੀਮਤੀ ਇੰਦਰਾ ਗਾਂਧੀ। ਸਵਾਲ ਇਹ ਹੈ ਮਨਮੋਹਨ ਸਿੰਘ ਜੀ ਗੁਰਦੁਆਰੇ ਜਾਂਦੇ ਤਾਂ ਇਹਦਾ ਮਤਲਬ ਥੋੜ੍ਹਾ ਵੀ ਸਿੱਖਾਂ ਦੀ ਉਹ ਕਰ ਰਹੇ ਨੇ, ਸਾਡੀ ਸਟੇਟ ਇੱਕ ਸੈਕੂਲਰ ਸਟੇਟ ਹੈ, ਸਟੇਟ ਅਤੇ ਰਿਲੀਜਨ ਦੋ ਵੱਖਰੀਆਂ ਚੀਜ਼ਾਂ ਨੇ, ਅਸੀਂ ਰਿਲੀਜਨ ਦਾ ਇਸ ਗੱਲ 'ਚ ਧਿਆਨ ਰੱਖਣਾ ਕਿ ਸਟੇਟ 'ਚ ਕੋਈ ਗੜਬੜ ਨਾ ਕਰੀਏ ਰਿਲੀਜਨ ਕਰਕੇ, ਰਿਲੀਜਨ ਤੋਂ ਸਿੱਖ ਕੇ ਸਟੇਟ ਨੂੰ ਚੰਗਾ ਚਲਾਈਏ, ਜੇ ਅਸੀਂ ਸਟੇਟ ਨੂੰ ਮਾੜਾ ਚਲਾਉਣਾ ਸ਼ੁਰੂ ਕਰ ਦੇਣਾ, ਸਟੇਟ ਤਾਂ ਸੈਕੂਲਰ ਹੀ ਨਹੀਂ ਰਹਿੰਦੀ, ਸਾਡਾ ਸੰਵਿਧਾਨ ਤਾਂ ਸੈਕੂਲਰ ਹੈ। ਇਹ ਦੋਵਾਂ ਦਾ ਜਿਹੜਾ ਸਿਨੈਰੀਓ ਹੁਣ ਸਾਹਮਣੇ ਆ ਰਿਹਾ, ਜਿਹੜੀ ਤਸਵੀਰ ਜਿਹੜੀ ਹੌਲੀ ਹੌਲੀ ਕਰਕੇ ਹੁਣ ਬੜੀ ਕਲੀਅਰ ਜੀ ਪਿਕਚਰ ਵੱਲ ਜਾ ਰਹੇ ਸੀ, ਉਸ ਪਿਕਚਰ ਦੇ ਵਿੱਚ ਫੈਸਲਾ ਜਿਹੜਾ ਹੈਗਾ ਉਸ ਦਾ ਫਿਊਚਰ ਕੀ ਨਜ਼ਰ ਆ ਰਿਹਾ? ਦੋਵੇਂ ਪਾਰਟੀਆਂ ਸੇਮ ਲਾਈਨ 'ਤੇ ਤੁਰਦੀਆਂ ਨਜ਼ਰ ਆ ਰਹੀਆਂ ਨੇ, ਕਾਂਗਰਸ ਅਤੇ ਬੀਜੇਪੀ ਜੀ।
मेरा ख्याल है उन्हां दा ते एक जिस तरह कहने के कुदरती आपस में मुकाबला हो गया, दोवें ही एक नैशनल पार्टियां है। वैसे नैशनल पार्टियां तो होर भी है जिहड़ियां राज करदियां रही कर रही हैं, जिन्हां नूं थोड़ा बहुत उम्मीद भी रही है कि दोबारा असीं बाउंस बैक करांगे। इस करके जिहड़ी टोन सैट कर दी है बीजेपी ने धार्मिक धार्मिक फिरका प्रस्ती की घट गिणती बहु गिणती की, उस टोन दे विचों जूस से ठीक है कांग्रेस भी किसी ना किसी तरीके जाति का कार्ड भी यूज करती रही है और धर्म का कार्ड भी यूज करती रही, पर वो शरेआम नहीं सीगा। हुण इस गल के पिछे खिचे जा रहे हैं, वो इस गल के उत्ते बड़े पछड़े हुए महसूस करते हैं, तो विचे कोशिश करते हैं कि असी कंपीट करिए उस कार्ड के उत्ते, जिहड़ा कि मेरा ख्याल इन्हां दी गलती है। उन्होंने इस कार्ड तो हट के एक जिहड़ा पुराना कार्ड सैकूलर ते विकास का और सब नूं जोड़न दा और अपनी जे उहदे मजबूत करनगे ते वह एक विकल्प के तौर पर आउणगे, नहीं तो बीजेपी जिन्नी कि इन्हां दी जान बची होर भी कढ दूगी, क्योंकि तुसीं उस इशू दे उत्ते जिथे अगले धड़ल्ले नाल जिथे उन्हां दी पूरी पिछले 70 साल 80 साल की ट्रेनिंग ही इस गल दे उत्ते आ कि इत्थे हिंदू राष्ट्र चाहिए। 2014 ते 2019 दियां चोणां दो डिफरेंट डायलॉग सैट कर रही ने पूरे मुल्क की पोलिटिक्स के लिए, एक अलग तरीके का डायलॉग कि उस डायलॉग दे विच तुहानूं लगदा कि सैकुलर ते डेवलपमेंट वाला कार्ड कांग्रेस ज्यादा लंबा टाइम खेड सकेगी? नहीं नहीं, देखो जिहड़ा पिछली बारी सीगा 2014 दियां चोणां च जदों आए ते उदों उन्होंने एंटी करप्शन दा रौला पा के कीता जिहड़ा कि एक सैकुलर एजेंडा लगदा, पर थल्ले सारा कुछ होई सीगा। इस वेले ते शरेआम मतलब पता है कि पाकिस्तान ते हमला करांगे, वो करांगे, असीं करजा आके वढ़ के, और प्राइम मिनिस्टर ने अपनी कंपेन च किया है, कोई लुकी छिपी गल नहीं हैगी। इस करके जो अज की हालात हैगी है उहदे च जो धार्मिक एक दूजे नाल असहनशीलता का टैंपरेचर इन्ना वधिया होया, यही बार बार खतरा इंटैलीजेंस दीआं रिपोर्टां सेंटर नूं जांदीआं, उह ताईं थल्ले बार बार होम मिनिस्ट्री ए सर्कुलर कर गया कि कितें बहुत वड्डा पड़ाका भांबड़ नाम आ जे, क्योंकि धर्म का जिहड़ा किसी का विश्वास हुंदा आ उहदे विच भाविकता ज़्यादा हुंदी आ, सोच समझ घट हुंदी आ। और पंजाब ने तो इस गल का देखिया, वैसट बंगाल ने देखिया, खास करके पंजाब ने तो 10 लाख जाना का खून बहा के देखिया है कि की हुंदा। इस करके असीं ते बिल्कुल ये बेनती करांगे कि जिहड़ी राजनीति देश दी आ विकास ते धर्म निरपक्ष राजनीति होनी चाहीदी। हो की कुछ रहा, कहा की कुछ आ रहा और असल विच की कुछ हो रहा है, उसनूं भी समझण दी कोशिश करांगे। छोटा जिहा ब्रेक ले रहे हैं, ब्रेक तो पुलिस साहब थोड़े कोल ही आवांगा वापस, छोटा जिहा ब्रेक, छेती वापस आ रहे हैं। खास पेशकश टू द पॉइंट दे विच ते सवाल इक्को पुछ रहे हां सी, अयोध्या ते सुप्रीम कोर्ट दे फैसले दे नाल देश दा किहड़ा भविख जुड़िया है, इस नूं समझण दी असीं कोशिश कर रहे हैं। पुलिस साहब, प्रधानमंत्री ने यह कहा कि विवादित बयानों तो बचा जाए, फालतू की बयानबाजी ना की जाए, कोई भी अजिहा बयान जो माहौल में बिगाड़े वह ना दिता जाए। यूपी के मुख्यमंत्री 450 करोड़ का बजट रख के बैठे ने, श्री राम की मूर्ति जी है कहते अयोध्या लाई जानी है। नहीं, उस देखो प्रधानमंत्री देश के दे, प्रधानमंत्री ने मुखिया ने अगर वो एक गल कह रहे हैं क्योंकि सुप्रीम कोर्ट ने कि डिसीजन देना है, कि वाले पासे देना है नहीं पता, और असी जिस तरह प्रोफेसर साहब कह रहे शायद अज ही सारा कुछ होना शुरू हो गया ਜਦੋਂ ਦਾ ਦੇਸ਼ ਆਜ਼ਾਦ ਹੋਇਆ ਜਿਹਨੇ ਸੀ ਐਮ ਵੀ ਤੁਹਾਡੀ ਪਾਰਟੀ ਦੇ ਨੇ ਜਿਨਨੇ ਉਹਨਾਂ ਨੇ 450 ਕਰੋੜ ਦਾ ਬਜਟ ਰੱਖਿਆ, ਮੇਰਾ ਸਵਾਲ ਉਹਨਾਂ ਦੇ ਬਾਰੇ ਕੀ ਗੱਲ ਰੱਖਿਆ ਜੀ ਉਹਨਾਂ ਨੇ, ਅਗਰ ਉਹ ਚ ਗਲਤ ਕੀ ਹੈਗਾ ਉਹਨਾਂ ਨੂੰ ਕਿੱਥੋਂ ਪਤਾ ਲੱਗਾ ਕਿ ਫੈਸਲਾ ਇਹ ਹੋਣਾ, ਉਹਨਾਂ ਨੂੰ ਕਿਵੇਂ ਪਤਾ ਲੱਗਾ ਕਿ ਅਗਲੇ ਨੇ ਬਜਟ ਰੱਖਿਆ ਹੈ, ਫੈਸਲਾ ਨਹੀਂ ਹੋਊਗਾ ਨਹੀਂ ਕਰਨਗੇ, ਬਜਟ ਰੱਖਣਾ ਕੋਈ ਗੁਨਾਹ ਥੋੜਾ ਹੈ। ਪਰ ਸੀਐਮ ਦਾ ਇੰਨਾ ਵੱਡਾ ਬਿਆਨ ਦੇਣਾ, ਦੇਖੋ ਮੇਰੀ ਗੱਲ ਸੁਣੋ, ਜਿਹੜਾ ਪ੍ਰੋਫੈਸਰ ਸਾਹਿਬ ਨੇ ਗੱਲ ਕਹੀ ਉਹ ਤੋਂ ਇਹ ਲੱਗਦਾ ਜਿਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ 5-6 ਸਾਲ ਤੋਂ ਸਰਕਾਰ ਆਈ ਹੈ ਉਦੋਂ ਹੀ ਦੰਗੇ ਫਸਾਦ ਹੋਣੇ ਸ਼ੁਰੂ ਹੋਏ, ਪਹਿਲਾਂ ਕਦੀ ਹੋਏ ਨਹੀਂ। ਮੈਂ ਇਹਨਾਂ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਹੋਣ ਤੋਂ ਬਾਅਦ, ਨਹੀਂ ਨਹੀਂ, ਮੈਂ ਇੱਕ ਮਿੰਟ ਜੀ ਮੈਨੂੰ ਜਵਾਬ ਤੇ ਦੇ ਲੈਣ ਦਿਓ, ਨਹੀਂ ਮੇਰੇ ਵੱਲ ਸਵਾਲ ਤਾਂ ਜਵਾਬ ਦੇ ਦਿਓ ਨਾ, ਉਸ ਤੋਂ ਬਾਅਦ ਮੈਂ ਇਹਦਾ ਜਵਾਬ ਤੁਹਾਨੂੰ ਕੀ ਪ੍ਰਧਾਨ ਮੰਤਰੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਮੁਖੀਆ ਨੇ ਉਹਨਾਂ ਨੇ ਬਿਆਨ ਦਿੱਤਾ, ਸਟੇਟ ਦੇ ਮੁੱਖ ਮੰਤਰੀ ਨੇ ਕੀ ਪਹਿਲਾਂ ਕਲਿਆਣ ਸਿੰਘ ਵਾਲਾ ਕੰਮ ਤਾਂ ਰਿਪੀਟ ਨਹੀਂ ਹੋ ਜਾਏਗਾ, ਉਹਨਾਂ ਨੇ ਕਿਹਾ ਸੀਗਾ ਮੈਂ ਅਸ਼ੋਰੈਂਸ ਦੇਣ ਦਾ ਬਾਅਦ ਵਿੱਚੋਂ ਮੁੱਕਰ ਗਏ ਸੀ, ਜਿਹੜਾ ਕੇਸ ਕਰਨਾ ਮੇਰੇ ਤੇ ਕੱਢ ਲਓ, ਜਿਹੜੀ ਕਾਰਵਾਈ ਕਰਨੀ ਮੇਰੇ ਤੇ ਕੱਢ ਲਓ, ਉਹ ਵੀ ਤੁਹਾਡੀ ਪਾਰਟੀ ਦੀ ਸੀ। ਨਾ ਨਾ, ਜਦੋਂ ਇੱਕ ਚੀਜ਼ ਜੇ ਕਰਨਾ ਹੁੰਦਾ ਸਾਡੀ ਸਰਕਾਰ ਵਾਜਪਾਈ ਸਾਹਿਬ ਦੀ ਵੀ ਆਈ ਸੀ ਉਦੋਂ ਕਰ ਲੈਂਦੇ ਅਸੀਂ, ਵਾਜਪਾਈ ਸਾਹਿਬ ਨੇ ਜਿਹੜੇ ਬਿਆਨ ਦਿੱਤੇ ਸੀ ਉਹ ਸਭਾ ਸਾਡੀ ਰਾਜਨਾਥ ਦੀ ਸਰਕਾਰ ਆਈ ਸੀ, ਵਾਜਪਾਈ ਸਾਹਿਬ ਨੇ ਬਿਆਨ ਦਿੱਤੇ ਸੀ ਉਹ ਵੀ ਤੁਸੀਂ ਤੁਸੀਂ ਉਹਨਾਂ ਚੀਜ਼ਾਂ ਨੂੰ ਭੁੱਲ ਰਹੇ ਹੋ। ਅਸੀਂ ਸੁਪਰੀਮ ਕੋਰਟ ਦੇ ਉੱਤੇ ਸਾਰੀ ਗੱਲ ਰੱਖੀ, ਕੋਰਟ ਦੇ ਉੱਤੇ ਸਾਰਾ ਕੁਝ ਛੱਡਤਾ, ਅਸੀਂ ਕੋਰਟ ਦੇ ਹੁਕਮ ਨੂੰ ਮੰਨਣ ਦੀ ਵਾਰ ਵਾਰ ਅਸੀਂ ਗੱਲ ਕਰ ਰਹੇ ਹਾਂ, ਚਾਹੇ ਬੀਜੇਪੀ ਹੈ ਚਾਹੇ ਸਾਡੀ ਸਰਕਾਰ ਹੈ ਚਾਹੇ ਸਾਡੇ ਬਾਕੀ ਜਿਹੜੇ ਸੰਗਠਨ ਨੇ, ਸਾਰੇ ਕੋਰਟ ਦੇ ਹੁਕਮ ਨੂੰ ਮੰਨਣ ਦੀ ਗੱਲ ਕਰ ਰਹੇ ਹੈ। ਸਿਰਫ ਔਰ ਸਿਰਫ ਇਹ ਪ੍ਰਕੋਸ਼ਨ ਇਸੇ ਕਰਕੇ ਲਏ ਜਾ ਰਹੇ, ਹੋ ਸਕਦਾ ਦੂਜੇ ਪਾਸੇ ਦਾ ਕੋਈ ਆ ਜਾਂਦਾ, ਲੇਕਿਨ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਦੋਨੋਂ ਸਮਝ ਆ ਜਾਂਦੀਆਂ, ਆਪਸ ਵਿੱਚ ਕੋਈ ਐਸਾ ਗੱਲ ਨਾ ਹੋਏ ਜਿਹੜੀ ਕਿ ਪਹਿਲਾਂ ਵੀ ਹੁੰਦੀ ਰਹੀ ਹੈ। ਪਹਿਲਾਂ ਬਹੁਤ ਸਾਰੀ ਹਿਸਟਰੀ ਤੁਸੀਂ ਅਗਰ ਪੜ੍ਹ ਲੋਗੇ ਤੇ ਹਰ ਦੂਜੇ ਦਿਨ ਦੰਗੇ ਹੁੰਦੇ ਸੀਗੇ, ਚਾਹੇ ਪ੍ਰੋਫੈਸਰ ਸਾਹਿਬ ਨੂੰ ਨਹੀਂ ਪਤਾ ਹੈਗਾ ਇਹਨਾਂ ਨੂੰ ਸਿਰਫ ਚੀਜ਼ ਡਰਾਉਣ ਦੀ ਤਿਆਰੀ ਤਾਂ ਨਹੀਂ, ਤਾਂ ਕਿਸੇ ਨੇ ਡਰਾਉਣ ਦੀ ਤਿਆਰੀ ਨਹੀਂ ਪਤਾ ਹੈਗਾ, ਪ੍ਰੀਕਾਸ਼ਨ ਲੈਣਾ ਡਰਾਉਣ ਦੀ ਤਿਆਰੀ ਕਾਹਦੀ ਹੋਗੀ। ਮੈਂ ਤਾਂ ਤੁਹਾਡੇ 'ਚ ਇੱਕ ਹੋਰ ਜਾਣਕਾਰੀ 'ਚ ਵਾਧਾ ਕਰ ਦਿੰਦਾ, ਅਯੋਧਿਆ ਦੇ ਉੱਪਰ ਡਰੋਨ ਵੀ ਚੱਲ ਰਹੇ ਨੇ, ਹੁਣ ਡਰੋਨ ਤੋਂ ਸਾਰੀ ਜਿਹੜੀ ਹੈਗੀ ਆ ਉਹਦੀ ਨਜ਼ਰਸਾਨੀ ਕੀਤੀ ਜਾ ਰਹੀ ਹੈ, ਸ਼ਾਮ ਤੋਂ ਸ਼ੁਰੂ ਹੋ ਗਏ ਨੇ ਉਹ ਵੀ।
लेकिन अगर तुम प्रकॉशन लेना चाहते हो जहां तुम ये चाहते हो भी जो सिखा के नाल होया उस टाइम हो हालात हो जो हालात पैदा हो चार दिन कोई कंट्रोल ही ना हो बिल्कुल नहीं हो यही करना चाहते सरकार की भी कोई सख्ती है चाहे जितने पास मर्जी फैसला हो किसी को गुंडागर्दी करने की इजाजत नहीं दी जाएगी जिहड़ा प्रोफेसर मनजीत सिंह ने सवाल पूछा जी हुण दिओ उहदा जवाब की सवाल पूछा जी जिहड़े उन्होंने सवाल चुके सीगे थोड़ी सरकार दे उत्ते जिहड़ा पूरा देखो मैं दस्सां कि प्रोफेसर साहब दा ते सोचना यह हो गया कई बार मैं फील करदा कई बहुत सारे डिबेटां दे विच कि इन्हां नूं ते सिर्फ 5 साल की सरकार नज़र आउंदी है उस तों पहलां की कुछ दरिया देश दे विच जां किन्ने दंगे होए जां की गल्लां चलियां की कम्युनलिज्म होया की करप्शन हुई वह कुछ नज़र नहीं आता अल्टीमेटली घूम फिर के मोदीफोबिया होया है और मोदीफोबिया के उत्ते आके खत्म हो जाता है कि जी उन्होंने इस तरह इलेक्शन लड़ दी जी इलेक्शन लड़ दी पहला उन्होंने इस चीज से इलेक्शन लड़ दी घट्टो घट्ट मैं इन्हना शुक्रगुजार इन्हों का इन्होंने इन्हों से मनिया कि 2014 करप्शन के उत्ते जी है डेवलपमेंट के उत्ते जी इलेक्शन लड़ी गई इस बार भी सिर्फ बालाकोट के नाल नाल ਜਿਹੜਾ ਬਾਕੀ ਵੀ ਮੁੱਦੇ ਸੀਗੇ ਉਹਨਾਂ ਤੋਂ ਵੀ ਇਲੈਕਸ਼ਨ ਲੜੀ ਗਈ ਹੈ ਦੋ ਦੇਸ਼ ਦੇ ਵਿੱਚ ਦੋ ਔਰ ਦੂਜਾ ਮੈਂ ਤੇ ਮੈਂ ਇੱਕ ਚੀਜ਼ ਹੋਰ ਕਹੂੰਗਾ ਵੀ ਪ੍ਰੋਫੈਸਰ ਸਾਹਿਬ ਦਾ ਇੱਕ ਬੜਾ ਵਧੀਆ ਉਹ ਹੈਗਾ ਪਤਾ ਨਹੀਂ ਪਾਕਿਸਤਾਨ ਦਾ ਕਿੰਨਾ ਪਿਆਰ ਹੈ ਇਹਨਾਂ ਨੂੰ ਪ੍ਰੇਮ ਹੈ ਉਹਨਾਂ ਦੇ ਗੁਣ ਦੇ ਬਹੁਤ ਗਾਉਂਦੇ ਨੇ ਲੇਕਿਨ ਆਪਣੀ ਸਰਕਾਰ ਨੂੰ ਪੰਜਾਬੀ ਭਰਾ ਆ ਉਧਰ ਕਿਵੇਂ ਨਾ ਗਾਈਏ ਨਹੀਂ ਸਕਦੇ ਨੇ ਪੰਜਾਬੀ ਭਰਾ ਆ ਉਧਰ ਸਾਨੂੰ ਤੁਸੀਂ ਜ਼ਬਰਦਸਤੀ ਦੂਰ ਕੀਤਾ ਹੋਇਆ ਕਿਨੇ ਦੂਰ ਕੀਤਾ ਹੋਇਆ ਦੇਸ਼ ਦੇ ਵਿੱਚ ਅੰਗਰੇਜ਼ਾਂ ਨੇ ਜਿਹੜੇ ਸਿੱਖੋ ਜਿਹੜੇ ਵੀ ਰੂਲਿੰਗ ਹੈ ਜਿਹੜੇ ਵੀ ਰੂਲਿੰਗ ਬੈਠੇ ਮੈਂ ਵੀ ਬੈਠਾ ਜਿਹੜੇ ਦੂਰ ਕੀਤੇ ਆਪੇ ਦੂਰ ਹੋ ਜਾਂਦੇ ਸਾਡੇ ਕਦੇ ਸਹਿਮਤੀ ਨਹੀਂ ਸੀਗੇ ਪਾਕਿਸਤਾਨ ਬਣੇ ਆਪੇ ਦੂਰ ਹੋਈ ਜਾਓ ਤੇ ਕੌਣ ਤੁਹਾਨੂੰ ਫੜ ਕੇ ਰੱਖੂਗਾ ਬਿਲਕੁਲ ਕੀਤਾ ਹੋਇਆ ਜੋ ਦੂਰ ਕਿਨੇ ਰੋਕੇ ਹੋਏ 24 ਘੰਟੇ ਇਹ ਕਹਿੰਦੇ ਨੇ ਕਿ ਬਿਆਨ ਨਾ ਦਿੱਤੇ ਜਾਣ ਸੀਐਮ ਕਹਿੰਦੇ ਨੇ ਕਿ ਬਜਟ ਅਸੀਂ ਰੱਖ ਕੇ ਬੈਠੇ ਇਸ ਤਾਂ ਬੁੱਤ ਲਾਵਾਂਗੇ ਕਾਂਗਰਸ ਕਿਉਂ ਨਹੀਂ ਕੀ ਕੁਝ ਬਿਆਨ ਕੋਈ ਦੇਗੀ ਵਿਰੋਧ ਕਰੇਗੀ ਕੁਝ ਕਹੇਗੀ ਜਾਂ ਕਾਂਗਰਸ ਅਜੇ ਵੀ ਸਿਰਫ ਸੈਕੂਲਰ ਆ ਕੁਝ ਨਹੀਂ ਕਵਾਂਗੇ ਸ਼ਾਂਤੀ ਨਾਲ ਬੈਠਾਂਗੇ ਸਿਰਫ ਇਸ ਲਾਈਨ ਤੇ ਚੱਲੇਗੀ ਨਹੀਂ ਦੇਖੋ ਮੈਂ ਤਾਂ ਤੁਹਾਨੂੰ ਬੜੀ ਪਹਿਲਾਂ ਹੀ ਸਪਸ਼ਟ ਗੱਲ ਕਹਿਤੀ ਆ ਔਰ ਸਾਡੇ ਸੈਂਟਰਲ ਲੀਡਰਸ਼ਿਪ ਦੀ ਇਹ ਪਹਿਲਾਂ ਤੋਂ ਫੈਸਲਾ ਹੈ ਵੀ ਅਸੀਂ ਜਿਹੜਾ ਹੈਗਾ ਵੀ ਕੋਰਟ ਦਾ ਫੈਸਲੇ ਨੂੰ ਅਸੀਂ ਉਹਦੇ ਪਾਬੰਦ ਆ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਜੇ ਕੋਈ ਇਦਾਂ ਦੀ ਕੋਈ ਗੱਲ ਕਰੂਗਾ ਤਾਂ ਕਾਂਗਰਸ ਜਿਹੜੀ ਪਾਰਟੀ ਹੈ ਹਰ ਧੱਕੇ ਦੇਖ ਲਾ ਪਹਿਲਾਂ ਵੀ ਖੜੀ ਹੋਈ ਆ ਹੁਣ ਵੀ ਖੜੀ ਹੋਊਗੀ ਇਸ ਕਰਕੇ ਇਹ ਤੁਸੀਂ ਕਿਵੇਂ ਕਹਿੰਦੇ ਕੋਈ ਬਿਆਨਾਂ ਤੱਕ ਉਹ ਹੋਊਗਾ ਨਹੀਂ ਮੈਂ ਤਾਂ ਇੱਕ ਗੱਲ ਹੁਣ ਤੁਹਾਨੂੰ ਸਪਸ਼ਟ ਕਰ ਰਿਹਾ ਵੀ ਜਿੱਥੇ ਤੱਕ ਦੇਸ਼ ਦੇ ਵਿੱਚ ਸ਼ਾਂਤੀ ਦੀ ਗੱਲ ਹੈ ਦੇਸ਼ ਨੂੰ ਬਚਾਉਣ ਦੀ ਗੱਲ ਹੈ ਮੈਂ ਕਹਿੰਦਾ ਅੱਜ ਤੱਕ ਕੱਲ ਤੱਕ ਠੀਕ ਹੈ ਇਹ ਭੁੱਲਰ ਸਾਹਿਬ ਉਹਨਾਂ ਦੀ ਭਾਈਵਾਲ ਪਾਰਟੀ ਵੀ ਸਾਨੂੰ ਕੰਡੈਮ ਕਰਦੀ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਕਹਿਤੀ ਵੀ ਸਾਡੇ ਵਾਸਤੇ ਇੱਕ ਖਤਰੇ ਦੀ ਘੰਟੀ ਹੈ ਸਾਨੂੰ ਉਹ ਗੱਲ ਦਾ ਖਿਆਲ ਰੱਖਣਾ ਚਾਹੀਦਾ ਚੇਤਨ ਰਹਿਣਾ ਚਾਹੀਦਾ ਇਹ ਤਾਂ ਉਸ ਗੱਲ ਨੂੰ ਵੀ ਕੰਡੈਮ ਕਰਦੇ ਉਹ 'ਚ ਵੀ ਰਾਜਨੀਤੀ ਲੱਭ ਰਹੇ ਸੀ ਵੀ ਨਹੀਂ 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 ਇਹ ਤਾਂ ਲਾਂਘਾ ਬੰਦ ਕਰਾ ਰਹੇ ਨੇ ਇਸ ਕਰਕੇ ਕਾਂਗਰਸ ਪਾਰਟੀ ਦਾ ਕੰਸਿਸਟੈਂਟ ਸਟੈਂਡ ਰਿਹਾ ਜੇ ਸਾਡੇ ਪਾਰਟੀ ਦਾ ਪਹਿਲਾਂ ਤੋਂ ਕੰਸਿਸਟੈਂਟ ਸਟੈਂਡ ਹੈ ਵੀ ਜਿਹੜਾ ਕੋਰਟ ਦਾ ਸਾਡਾ ਫੈਸਲਾ ਉਹ ਤੇ ਅਸੀਂ ਪਾਬੰਦ ਹੋਵਾਂਗੇ ਔਰ ਉਹਦੇ ਤੇ ਅਸੀਂ ਬਿਲਕੁਲ ਅਸੀਂ ਉਹਨੂੰ ਮੰਨਾਂਗੇ ਨਹੀਂ ਨਹੀਂ ਮਾੜਾ ਜਿਹਾ ਸਾਡੀ ਰਿਕੁਐਸਟ ਆ ਦਿਲੋਂ ਸਾਨੂੰ ਇੰਨਾ ਕੁ ਦੱਸ ਦਿਓ ਕਿ ਕਾਂਗਰਸ ਜੇ ਕੋਈ ਹਾਲਾਤ ਵੇਖਣ ਲੱਗਦੇ ਇੱਕ ਤਾਂ ਸਰਕਾਰ ਹੈਗੀ ਆ ਕਾਂਗਰਸ ਐਜ਼ ਏ ਪਾਰਟੀ ਕੀ ਤਿਆਰੀ ਆ ਉਹਨਾਂ ਦੀ ਨਹੀਂ ਹਾਲਾਤ ਕੋਰਟ ਦਾ ਫੈਸਲਾ ਮੰਨਾਂਗੇ ਜੇ ਲੋਕ ਨਹੀਂ ਮੰਨਣਗੇ ਲੋਕ ਭੜਕ ਜਾਣਗੇ ਫਿਰ ਕਾਂਗਰਸ ਦਾ ਕੀ ਸਟੈਂਡ ਹੋਊਗਾ ਫਿਰ ਜਿਹੜਾ ਸੈਂਟਰ ਗਵਰਨਮੈਂਟ ਡਿਸੀਜਨ ਲੈ ਕੇ ਬੈਠੀ ਹੈ ਦੇਖੋ ਗੱਲ ਇਹ ਆ ਉਹ ਤਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸਾਡੀ ਸਟੇਟ ਦੇ ਵਿੱਚ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਨੇ ਉੱਥੇ ਜਿਹੜਾ ਹੈਗਾ ਉਹਨੂੰ ਕੰਟਰੋਲ ਕਰਨਾ ਸਾਡੀ ਜ਼ਿੰਮੇਵਾਰੀ ਹੋਊਗੀ ਜਿੱਥੇ ਦੂਜੀਆਂ ਸਰਕਾਰਾਂ ਨੇ ਉਹ ਕਰਨਗੀਆਂ ਕਿਉਂਕਿ ਜਿਹੜਾ ਲਾ ਐਂਡ ਆਰਡਰ ਹੈ ਉਹ ਇੱਕ ਸਟੇਟ ਸਬਜੈਕਟ ਹੈ ਔਰ ਉੱਥੋਂ ਦੀ ਸਟੇਟ ਨੇ ਕਰਨਾ ਔਰ ਅਸੀਂ ਉਸਦੇ ਪਾਬੰਦ ਆ ਡਾਕਟਰ ਗਰਗ ਇਸ ਮੁਲਕ ਵਿੱਚ ਜਿਹੜੀ ਬੁੱਤਾਂ ਦੀ ਸਿਆਸਤ ਇੱਕ ਹਾਲ ਫਿਲਹਾਲ ਦੇ ਵਿੱਚ ਸ਼ੁਰੂ ਹੋਈ ਹੈ ਇਸ ਤੋਂ ਪਹਿਲਾਂ ਵੀ ਹੁੰਦੀ ਰਹੀ ਹੈ ਵੱਖ ਵੱਖ ਤਰ੍ਹਾਂ ਕਰਦੀਆਂ ਰਹੀਆਂ ਨੇ ਪਰ ਇੱਕ ਮੁਲਕ ਇੱਕ ਪਾਸੇ ਦੇਖਦਾ ਕਿ ਸਾਨੂੰ ਤਰੱਕੀ ਵੱਲ ਕੋਈ ਲੈ ਕੇ ਜਾਵੇ ਬੇਰੁਜ਼ਗਾਰ ਜਿਹੜੇ ਨੇ ਉਹ ਕਹਿੰਦੇ ਨੇ ਸਾਨੂੰ ਰੁਜ਼ਗਾਰ ਮਿਲੇ ਸਟੂਡੈਂਟ ਇਹ ਦੇਖਦਾ ਕਿ ਮੈਨੂੰ ਪੜ੍ਹਾਈ ਲਈ ਕੋਈ ਚੰਗਾ ਅਦਾਰਾ ਮਿਲੇ ਕੌਮਾਂਤਰੀ ਪੱਧਰ ਦਾ ਕੁਛ ਹੋਵੇ ਸਿਹਤ ਸਹੂਲਤਾਂ ਨੂੰ ਲੈ ਕੇ ਸਵਾਲ ਉੱਠਦੇ ਨੇ ਉਸ ਸਟੇਟ ਦੇ ਵਿੱਚ ਇੱਕ ਸੀਐਮ ਇਹ ਅਨਾਊਂਸ ਕਰਦੇ ਨੇ ਕਿ ਅਸੀਂ ਇੱਕ ਰਿਲੀਜੀਅਸ ਮਕਸਦ ਦੇ ਲਈ ਇੱਕ ਬੁੱਤ ਲਾਵਾਂਗੇ 450 ਕਰੋੜ ਰੁਪਏ ਦਾ ਬਜਟ ਐਲੋਕੇਟ ਕਰਦੇ ਨੇ ਭੁੱਲਰ ਸਾਹਿਬ ਇਹ ਕਹਿ ਕੇ ਸਾਈਡਲਾਈਨ ਹੋ ਜਾਂਦੇ ਨੇ ਕਿ ਪੀਐਮ ਨੇ ਕਹਿ ਦਿੱਤਾ ਜੇ ਕੋਈ ਕਰੇਗਾ ਤਾਂ ਉਸ ਤੋਂ ਬਾਅਦ ਦੇਖਾਂਗੇ ਦੇਖੋ ਜਿੱਥੋਂ ਤੱਕ ਸਵਾਲ ਹੈ ਵੀ ਬੁੱਤਾਂ ਦੀ ਸਿਆਸਤ ਨਾ ਬੁੱਤਾਂ ਦੀ ਸਿਆਸਤ ਪਹਿਲਾਂ ਵੀ ਸੀ ਪਰ ਇਹ ਬੁੱਤਾਂ ਦੀ ਹੁਣ ਲੰਬੇ ਕਿੰਨਾ ਲੰਬਾ ਬੁੱਤ ਲਾਇਆ ਜਾਵੇ ਚਾਹੇ ਉਹ ਸਰਦਾਰ ਪਟੇਲ ਜੀ ਦਾ ਹੋਵੇ ਚਾਹੇ ਹੁਣ ਉਹ ਕਹਿੰਦੇ ਅਸੀਂ 200 ਉਸ ਤੋਂ ਉੱਪਰ ਲਾਉਣਾ ਸੋ ਇਹ ਜਿਹੜੇ ਬੁੱਤ ਲਾਉਣ ਦੀ ਜਿਹੜੀ ਸਿਆਸਤ ਹੈ ਇਹ ਉਸੇ ਪਾਸੇ ਨੂੰ ਲੈ ਕੇ ਜਾਣੀ ਹੈ ਕਿ ਦੇਸ਼ ਭਾਵੇਂ ਗੁਰਬਤ 'ਚ ਰਹੇ ਲੋਕ ਭਾਵੇਂ ਗੁਰਬਤ 'ਚ ਰਹਿਣ ਇੱਕ ਪਾਸੇ ਉਹੀ ਯੋਗੀ ਜੀ ਬੁੱਤ ਲਾ ਰਹੇ ਨੇ ਇੱਕ ਪਾਸੇ ਉਸੇ ਯੋਗੀ ਜੀ ਦੇ ਰਾਜ ਦੇ ਵਿੱਚ 75 ਬੱਚੇ ਆਕਸੀਜਨ ਦੇ ਬਿੱਲ ਨਾ ਦੇਣ ਕਰਕੇ ਥੋੜ੍ਹੇ ਜਿਹੇ ਪੈਸੇ ਆਕਸੀਜਨ ਦੇ ਨਾ ਦੇਣ ਕਰਕੇ ਬੱਚੇ ਹਸਪਤਾਲ 'ਚ ਦਮ ਤੋੜੇ ਸੀ ਸਾਨੂੰ ਇਹ ਦੋਵਾਂ ਗੱਲਾਂ ਨੂੰ ਬੈਲੈਂਸ ਕਰਕੇ ਦੇਖਣਾ ਪਊਗਾ ਕੋਈ ਨਹੀਂ ਤੁਹਾਨੂੰ ਰੋਕਦਾ ਪਰ ਜਦੋਂ ਤੁਸੀਂ ਸਟੇਟ ਦੇ ਤੌਰ 'ਤੇ ਇੱਕ ਧਰਮ ਦੇ ਬੁੱਤ ਲਾਉਣੇ ਸ਼ੁਰੂ ਕਰ ਦੋਗੇ ਇੱਕ ਧਰਮ ਦੇ ਮੰਦਰਾਂ 'ਤੇ ਪੈਸਾ ਖਰਚਣਾ ਸ਼ੁਰੂ ਕਰਦੇ ਹੋ ਜਾਂ ਗੁਰਦੁਆਰਿਆਂ 'ਤੇ ਜਾਂ ਮਸੀਤਾਂ 'ਤੇ ਉਦਾਂ ਹੀ ਗਲਤ ਹੋਏਗਾ ਧਰਮ ਦੇ ਵਾਸਤੇ ਸਟੇਟ ਕੋਈ ਗ੍ਰਾਂਟ ਦੇਵੇ ਵੱਖਰੀ ਹੈ ਸਟੇਟ ਐਕਟਿਵ ਹੋ ਕੇ ਧਰਮ ਦਾ ਕੰਮ ਕਰੇਗੀ ਅਤੇ ਫਿਰ ਲੋਕ ਪੜਨਗੇ ਇੱਕ ਤਾਂ ਮੈਂ ਇਹ ਕਹਾਂਗਾ ਦੂਜਾ ਮੈਂ ਇਹ ਕਹਿਣਾ ਵੀ ਜਿੱਥੋਂ ਤੱਕ ਸਵਾਲ ਹੈ ਪ੍ਰਾਈਮ ਮਿਨਿਸਟਰ ਸਾਹਿਬ ਦਾ
फैसले का फैसले बारे तो जिम्मे इतने एस वाई एल से बड़ा रौला पाया हुआ भी कोई गड़बड़ हो जूगी जे कि उल्टा फैसला आ गया तो मैं उत्थे टीवी ते एक कह के आया कि कोई उल्टा नहीं आता और उन्होंने आप ही कहता कहने जी सानू पता अंदरों भी ये उल्टा नहीं आता ये पोस्टपोन हो जाना वो पोस्टपोन हो गया सी सही है पर बतौर प्राइम मिनिस्टर चंगे माड़े जो भी हो बतौर प्राइम मिनिस्टर ये गल है क्योंकि 4 to 14 के बीच फैसला आना 4 to 14 के बीच जे अज प्राइम मिनिस्टर बयान नहीं देंगे कि देखो बिल्कुल एक तो आपके बंद कहने भी यार जो थोड़े उन्होंने तो कहो शांति रखना चाहे दिनों जो मर्जी हो दूजा ये कहना भी मैं तैयारी रखो भी भाई जे कुछ होया फिर टॉलरेट नहीं होएगा ये प्राइम मिनिस्टर ड्यूटी है क्योंकि मुल्क का सारे का सवाल है ठीक है सुखदेव सिंह जी की गल भी स्टेटा के स्टेटा ने रॉ एंड ऑर्डर करना पर प्राइम मिनिस्टर ने आगा करना ये उन्होंने तैयारी करना इस दे उत्ते रहना पर यह तैयारी यह है भी मैनू ए लगता कल जो भी हों वो तो समा दसेगा मैनू यह लगता भी जो 20 करोड़ मुसलमान है भी हूँ यार उन्होंने कतल कुतल ना हो जाए कितने यू रोकन के वास्ते गल हैगी है तो क्योंकि जे फैसला उल्टा आंदा बाबरी मस्जिद के हक च आ जाता है तो ये दूजे पासे उल्टा जाता है फिर तो बिल्कुल ही जोर ला ले क्योंकि 60-70 करोड़ की आबादी जब जिदा तुम तैयार करती उन्होंने तुम फिर तुम तो गऊ के उत्ते बंदे मारने शुरू करते उन्होंने तो कंट्रोल कंट्रोल होना नहीं पर एक गल हैगी है भी जे फैसला दूजे पासे आता फिर जरूर भी मुसलमाना का यार हूँ कतलेआम ना कर दी बीजेपी के कोल की ऑप्शन रहेगा पुलर साहब जेकर फैसला 1% भी होंगे कि फेवर में नहीं जाता हिंदूज़ के फेवर में नहीं जाता बहुगिणती के फेवर में नहीं जाता और घट गिणती के फेवर में जाता तो बीजेपी का की स्टैंड रहेगा देखो पहले तो मैं डॉक्टर साहब एक कहना चाहता है कि डॉक्टर साहब ना दो चीज़ों लैके चल रहे हैं एक पास तो कहते जो हिंदूज़ ने वो कहे जोगे नहीं है वो लड़ नहीं सकते तो दूजे पास ये भी खदशा जाहिर करते हैं भी कि मुसलमान का कतलेआम ना हो जाए यह दो चीज़ा कट्ठिया नहीं हो सकती दूजी गल जी तुम मैंने कही है बीजेपी का बड़ा क्लीयर कट एक डिसीजन है कि जो डिसीजन सुप्रीम कोर्ट ने दिता वह सानू माननीय होगा असी उस लाइन पर चलांगे और अगर डिसीजन दूसरे के हक च आ जाता है उस तो फरदर फिर लाइन खिंची जाएगी कि हम नैक्सट जो है असं अगर मंदिर बना तो कितने बनाना है किस तरीके में चलना है और डिसीजन बने जो भी है विवादित थान का झगड़ा छड़े जाएगा नहीं जो सुप्रीम कोर्ट ने ही देता जी अपील करोगे कल राष्ट्रपति को अपील कर सकते हो वो इस ज्यादा कर नहीं सकते वो चेंज तो हो नहीं सकती और जिसके वास्ते असं इन्ने सालों तो कह रहे हैं कि सानू वो डिसीजन माननीय होगा असं उस तो पलट किस तरह सकते ठीक है चलो ये उम्मीद मैं थोड़ी एक गल मैं एक ब्रेक ले लूंगा ब्रेक तो लाइन वो ये है कि एक भीड़ तंत्र होंगे एक उंज ताकत होंगी है भीड़ तंत्र च ना जिवें कहने भी अपनी गली वाली गल है भीड़ तंत्र च कोई भी कुछ कर सकता है ये भीड़ तंत्र की गल मैं करी है अदरवाइज कोई उस तरह की नहीं जे सरकार डट के खड़ जाए भी चंगा हाथ ला के दिखाओ फिर नहीं होना ठीक एक छोटा ब्रेक ले रहे हैं ब्रेक तो बाद वापस आ रहे हैं और यह समझने की कोशिश करा आखिरी हिस्सा जो होगा उस जानने की कोशिश करा कि इस मुल्क के भविख में वाकई वो मंदिर मस्जिद में इन्नी गंभीरता नाल या इन्ना ज़्यादा कट्टड़ होकर सोचता है मंदिर मस्जिद के बारे जिन्हें साडे सियासतदान सोचते हैं ये समझने की कोशिश करांगे साडा भविख जिहड़ा हैगा इस मुल्क का जिहड़ा भविख हैगा वह की चाहता है यह समझने की कोशिश करांगे छोटे जिहे ब्रेक तो बाद फैसले तो पहला जिहड़ा हैगा वह किस दे लिए अलर्ट हैगा यह समझने की कोशिश कर रहे हैं और अयोध्या से सुप्रीम कोर्ट के फैसले के नाल देश का किहड़ा भविख जुड़ा है यह समझने की असीं कोशिश कर रहे हैं प्रोफेसर मनजीत सिंह इस देश का भविख मंदिर मस्जिद के मुद्दे नूं उस सोच के नाल देखता है जिस सोच के नाल सियासत तुर रही है की सवाल दूजे ढंग ना करो कि किस तरह मतलब देश का जो भविख है जो जिसनों अं कहते जिसके दम से अं कहें इंडिया में सब तो ज्यादा यूथ हैगा और यूथ की वाकई इस मंदिर मस्जिद के मुद्दे उस सोच के देखता है जी सोच सियासत की हैगी नहीं नहीं उस वो तो बिल्कुल ठीक ताकि गल देखो ये डिस्कोर्स जान बुझ के खड़ा किया जा रहा ये बड़े अफसोस की गल है कि थर्ड वर्ल्ड कंट्री च इन जनरल तो भारत में भी असी अंग्रेजा तो आज़ाद हो गए पर असी अपनी राजनीति पूरे सैकुलर पासे लै नहीं लैके नहीं जा सके फॉर इंस्टेंस जो देश आज़ाद हों इमीजिएटली यही पटेल जी जिन्हों का 182 मीटर उच्चा जोड़ा बुत लाया आ उन्होंने सोमनाथ मंदिर के रिपेयर लिए सरकारी खजाने चो पैसे दिते पार्टियां जिहड़ियां वो धर्म के नाते है हुण अकाली पार्टी है वो बिल्कुल पता है SGPC वो एक सारा रल के चलदियां और आज कल साडी असैंबली अज साडी असैंबली च असैंबली पास कर रही है कि धर्म के अंदर जिहड़ी आ जेंडर की बराबरता होनी चाहिए है ये मतलब ये तो वैसे तो कॉन्स्टिट्यूशन के मुताबिक तो नहीं लगता पर यह जिहड़ी जुड़त आ कि राजनीतिक पार्टियां धर्म का हर तरीके दे नाल फैसला फायदा लेना
ਉਹਦੇ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਨਹੀਂ ਕਰਦੇ। ਇਹਦਾ ਇੱਕ ਕਾਰਨ ਹੈਗਾ, ਕਾਰਨ ਇਹ ਹੈ ਕਿ ਅਸਮਾਨਤਾ ਇੰਨੀ ਜ਼ਿਆਦਾ ਆ, ਆਰਥਿਕ ਅਤੇ ਸਮਾਜਿਕ ਅਤੇ ਸੱਭਿਆਚਾਰਕ ਅਤੇ ਹਰ ਪੱਖ ਤੋਂ ਇੰਨੀ ਅਸਮਾਨਤਾ ਆ, ਉਸ ਨੂੰ ਜੇ ਤੁਸੀਂ ਢੱਕ ਕੇ ਰੱਖਣਾ ਜਾਂ ਉਸ ਦੇ ਉੱਤੇ ਪਰਦਾ ਪਾ ਕੇ ਰੱਖਣਾ ਔਰ ਕਿਸੇ ਖਾਸ ਧਿਰ ਦੀ ਲਗਾਤਾਰ ਮਦਦ ਕਰਨੀ ਆ, ਕਾਰਪੋਰੇਟ ਘਰਾਣਿਆਂ ਦੀ ਕਹਿ ਲਓ ਜਾਂ ਜਗੀਰੂ ਜਿਹੜੇ ਬੜੇ ਬੜੇ ਬੰਦੇ ਖਾਂਦੇ ਪੀਂਦੇ ਉਹਨਾਂ ਦੀ ਮਦਦ ਕਰਨੀ ਆ, ਅਤੇ ਲੋਕਾਂ ਨੂੰ ਉਲਝਾਈ ਛੱਡੋ, ਉਹ ਤੁਹਾਡੇ ਮੰਦਰ ਨੂੰ ਖਤਰਾ, ਉਹ ਤੁਹਾਡੇ ਧਰਮ ਨੂੰ ਖਤਰਾ, ਜਦਕਿ ਧਰਮ ਨੂੰ ਕਿਹਦੇ ਤੋਂ ਖਤਰਾ, ਰੱਬ ਨੂੰ ਕਿਹਦੇ ਤੋਂ ਖਤਰਾ ਹੋ ਸਕਦਾ, ਕਿਸੇ ਤੋਂ ਨਹੀਂ ਖਤਰਾ, ਧਰਮ ਨੂੰ ਕੋਈ ਖਤਰਾ ਨਹੀਂ, ਰਾਜਨੀਤਿਕ ਲੋਕਾਂ ਨੂੰ ਆਪਣੀਆਂ ਗੱਦੀਆਂ ਦਾ ਖਤਰਾ, ਜਿਹਦੇ ਕਰਕੇ ਵਾਰ ਵਾਰ ਇਹ ਲੋਕਾਂ ਦੀ ਉਸ ਜਿਹੜੀ ਆਸਥਾ ਆ ਉਹਦੀ ਚੁਵਾਤੀ ਲਾ ਕੇ ਅਤੇ ਆਪਸ ਵਿੱਚ ਇੱਕ ਫਿਰਕਾ ਪ੍ਰਸਤੀ ਦੀ ਅੱਗ ਬਾਲ ਕੇ ਆਪਣੀਆਂ ਰੋਟੀਆਂ ਸੇਕਦੇ ਆ। ਮੈਨੂੰ ਲੱਗਦਾ ਇਹਦਾ ਵੀ ਇੱਕ ਅੰਤ ਹੋਊਗਾ ਜਿਹੜਾ, ਔਰ ਸਭ ਤੋਂ ਵੱਧ ਜਿਹੜਾ ਇਸ ਵੇਲੇ ਖਤਰਾ ਇਸ ਗੱਲ ਦਾ ਇਸ ਵੇਲੇ ਆ, ਗੋਦਰਾ 'ਚ ਹੋਇਆ 2002 ਹੋ ਗਿਆ, 84 'ਚ ਹੋਇਆ ਉਹਦਾ ਸਾਨੂੰ ਪਤਾ ਹੀ ਆ, ਉਹ ਹਟਿਆ, ਹੁਣ ਜਿਹੜਾ ਇੱਕ ਨਵੀਂ ਕਿਸਮ ਦਾ ਸ਼ੁਰੂਆਤ ਹੈਗੀ ਆ। ਮੇਰਾ ਖਿਆਲ ਹੈ ਕਿ ਸਾਡੇ ਦੇਸ਼ ਲਈ ਇਹ ਬਿਲਕੁਲ ਉਹਦੇ ਆਮ ਲੋਕ ਲਈ ਬੜੀ ਇਹ ਘਾਤਕ ਰਾਜਨੀਤੀ ਹੈਗੀ, ਇਹਦੇ ਤੋਂ ਬਾਹਰ ਆਉਣਾ ਚਾਹੀਦਾ। ਠੀਕ, ਭੁੱਲਰ ਸਾਹਿਬ, ਬੀਜੇਪੀ ਇਸ ਦੇਸ਼ ਦੇ ਭਵਿੱਖ ਨੂੰ ਕੀ ਦੇ ਕੇ ਜਾਣ ਵਾਲੀ ਹੈ, ਮੰਦਿਰ ਮਸਜਿਦਾਂ ਦੀ ਵਿਰਾਸਤ ਜਾਂ ਫਿਰ ਕੁਝ ਚੰਗੇ ਵਿੱਦਿਅਕ ਅਦਾਰੇ, ਕੁਝ ਦੁਨੀਆ ਦੇ ਬਿਹਤਰੀਨ ਹਸਪਤਾਲ ਜਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਦੇ ਕਰੋੜਾਂ ਮੌਕੇ? ਦੇਖੋ, ਇਸ ਤਰ੍ਹਾਂ ਹੈਗਾ, ਮੰਦਿਰ ਮਸਜਿਦ ਜਾਂ ਜੋ ਵੀ ਹੈ ਉਹ ਇੱਕ ਆਪਣਾ ਸਭ ਦੀ ਧਰਮ ਦੀ ਆਸਥਾ ਹੈਗੀ ਹੈ, ਉਹ ਸਾਰਿਆਂ ਨਾਲ ਜੁੜੀ ਹੋਈ ਹੈ। ਇਹ ਨਹੀਂ ਕਿ ਬੀਜੇਪੀ ਦੇ ਵਿੱਚ ਇਕੱਲੇ ਹਿੰਦੂ ਹੀ ਨੇ ਜਾਂ ਇਕੱਲੇ ਮੁਸਲਮਾਨ ਹੀ ਨੇ ਜਾਂ ਇਕੱਲੇ ਸਿੱਖ ਹੀ ਨੇ, ਸਾਰੇ ਧਰਮਾਂ ਦੇ ਲੋਕ ਉਹ 'ਚ ਹੈਗੇ ਆ, ਉਹ ਇੱਕ ਸੈਪਰੇਟ ਹੈ। ਜਿਹੜੀ ਗੱਲ ਤੁਸੀਂ ਦੂਸਰੀ ਕਹਿ ਰਹੇ ਹੋ, ਅਸੀਂ ਕਿੰਨੇ ਏਮਸ ਦੇ ਰਹੇ ਹਾਂ, ਇਹਨੂੰ ਅਗਰ ਤੁਸੀਂ ਸਰਚ ਮਾਰ ਕੇ ਦੇਖੋਗੇ ਤੁਹਾਨੂੰ ਪਤਾ ਲੱਗ ਜੂਗਾ, ਕਿੰਨੇ ਅਸੀਂ PGI 99 ਬਣਾ ਰਹੇ ਹਾਂ ਉਹ ਤੁਹਾਨੂੰ ਪਤਾ ਲੱਗ ਜੂਗਾ, ਕਿੰਨੀਆਂ ਸੜਕਾਂ ਬਣ ਰਹੀਆਂ ਨੇ ਉਹ ਤੁਹਾਨੂੰ ਪਤਾ ਲੱਗ ਜੂਗਾ, ਕੀ ਕੁਝ ਹੋਰ ਨਵੀਆਂ ਡਿਵੈਲਪਮੈਂਟਸ ਵਾਸਤੇ ਜਿਹੜੇ ਕੰਮ ਚੱਲ ਰਹੇ ਨੇ ਉਹ ਕਿਸੇ ਤੋਂ ਲੁਕੇ ਨਹੀਂ ਹੋਏ ਹੈਗੇ। ਆਪਾਂ ਇਕੱਲਾ ਔਰ ਇਕੱਲਾ ਸਰਕਾਰ ਦੇ ਸਾਰੇ ਏਜੰਡੇ ਨੂੰ, ਸਾਰੀ ਡਿਵੈਲਪਮੈਂਟ ਦੇ ਏਜੰਡਿਆਂ ਨੂੰ ਲੈ ਕੇ ਅਤੇ ਅੱਜ ਅਗਰ ਧਰਮ ਦੇ ਨਾਂ ਦੇ ਉੱਤੇ ਤੁਸੀਂ ਸਿਰਫ ਇੱਕ ਮੰਦਿਰ 'ਤੇ ਆ ਕੇ ਖੜਾ ਕਰ ਦੋਗੇ ਤਾਂ ਉਹ ਕਿਤੇ ਨਾ ਕਿਤੇ ਸਰਕਾਰ ਦੇ ਨਾਲ ਬੇਇਨਸਾਫੀ ਹੈ, ਉਹ ਠੀਕ ਨਹੀਂ। ਅਤੇ ਕੱਲ੍ਹ ਨੂੰ ਤੁਸੀਂ ਕੱਲ੍ਹ ਨੂੰ ਪ੍ਰੋਫੈਸਰ ਸਾਹਿਬ ਕਹਿਣਗੇ ਵੀ ਜੀ ਲਾਂਘੇ ਦੇ ਉੱਤੇ ਨਾ ਖਰਚ ਕਰਤਾ, ਸਰਕਾਰ ਨੂੰ ਕਰਨਾ ਨਹੀਂ ਚਾਹੀਦਾ ਸੀਗਾ, ਇਹਦੇ ਸਿੱਖਾਂ ਦੇ ਵਾਸਤੇ ਇੰਨਾ ਖਰਚ ਕਰਤਾ, ਪਰ ਹਰ ਚੀਜ਼ ਨੂੰ ਨਹੀਂ, ਹਰ ਚੀਜ਼ ਫਿਰ ਉਹ ਵੀ ਤਾਂ ਧਰਮ ਦੀ ਗੱਲ ਹੈ ਨਾ। ਹੰਗਰ ਇੰਡੈਕਸ ਤੇ ਕਿੰਨਾ ਨੰਬਰ ਆ ਸਾਡਾ, ਮੈਂ ਸਵਾਲ ਪੁੱਛਣਾ ਸੀ, ਫਿਰ ਉਹ ਵੀ ਤਾਂ ਧਰਮ ਦੀ ਗੱਲ ਹੈ। ਹੰਗਰ ਇੰਡੈਕਸ ਤੇ ਅਸੀਂ ਇੱਕ ਧਰਮ ਦੇ ਨਾਲ ਜੁੜੇ ਹੋਏ ਲੋਕਾਂ ਵਾਸਤੇ ਲਾਂਘੇ ਉੱਤੇ ਖਰਚਾ ਕਰਤਾ, ਕੱਲ ਨੂੰ ਦੂਸਰੇ ਧਰਮ ਵਾਲੇ ਲੋਕ ਕੀ ਕਹਿਣਗੇ, ਮੈਂ ਇੱਕ ਸਪਲੀਮੈਂਟ ਕਹਿਣਗੇ ਵੀ ਕਿਉਂ ਖਰਚ ਕਰਤਾ। ਨਹੀਂ, ਮੈਂ ਇਸੇ ਸਵਾਲ ਨੂੰ ਪਹਿਲਾਂ ਪੁੱਛੇ ਗਏ ਸਵਾਲ ਦੇ ਨਾਲ ਜੋੜ ਲੈਣਾ। ਜੇ ਬੀਜੇਪੀ ਕਹਿੰਦੇ ਆ ਵੀ ਸਾਰਾ ਅਸੀਂ ਡਿਵੈਲਪਮੈਂਟ ਲਈ ਕਰ ਰਹੇ ਹਾਂ, ਸਟੇਟ ਦੇ ਸੀਐਮ 450 ਕਰੋੜ ਰੁਪਏ ਇੱਕ ਬੁੱਤ ਲਾਉਣ ਦੇ ਲਈ ਅਨਾਊਂਸ ਕਰਦੇ ਆ, ਕਿ PM ਨੇ ਉਹਨਾਂ ਨੂੰ ਇੱਕ ਵਾਰ ਵੀ ਸਵਾਲ ਕੀਤਾ ਕਿ ਤੁਹਾਡੇ ਸਟੇਟ ਵਿੱਚ ਹੀ ਬੱਚਿਆਂ ਦੀ ਮੌਤ ਹੋ ਰਹੀ ਹੈ ਆਕਸੀਜਨ ਦੀ ਕਮੀ ਕਰਕੇ, ਬਿੱਲ ਨਾ ਪੇ ਕਰਨ ਕਰਕੇ, ਤੁਸੀਂ ਇਹ 450 ਕਰੋੜ ਦੇ ਨਾਲ ਬੱਚਿਆਂ ਲਈ ਇੱਕ ਬਿਹਤਰ ਹੋਸਪਿਟਲ ਬਣਾ ਸਕਦੇ ਸੀ, ਕੀ ਇਹ ਸਵਾਲ ਉਹਨਾਂ ਨੂੰ ਪੁੱਛਿਆ ਗਿਆ? ਇਸ ਤਰ੍ਹਾਂ ਹੈ ਕਿ ਜਦੋਂ ਸਾਡੀ ਸਰਕਾਰ ਆਈ, ਪ੍ਰਾਇੋਰਟੀ ਕੀ ਹੈ, ਅਸੀਂ ਪ੍ਰਾਇੋਰਟੀ ਫਿਕਸ ਕਰਨ ਦੀ ਗੱਲ, ਜਦੋਂ ਸਰਕਾਰ ਆਈ ਸੀ ਉਦੋਂ ਇਮੀਡੀਏਟਲੀ ਉਹ ਵਾਲਾ ਜਿਹੜੀਆਂ ਡੈਥ ਹੋਈਆਂ ਨੇ ਉਦੋਂ ਹੋਈਆਂ ਸੀਗੀਆਂ, ਔਰ ਸਰਕਾਰ ਨੂੰ ਥੋੜਾ ਸਮਝਣ ਲਈ ਟਾਈਮ ਲੱਗਦਾ ਕਿਉਂਕਿ ਬਹੁਤ ਸਾਰੇ ਇੱਕ ਲੰਬੇ ਪੀਰੀਅਡ ਤੋਂ ਬਾਅਦ ਵਿੱਚ ਬੀਜੇਪੀ ਕੋਲ ਆਈ, ਨਾ ਐਡਮਿਨਿਸਟ੍ਰੇਸ਼ਨ ਇਹਨਾਂ ਦੀ ਸੀਗੀ ਪਹਿਲਾਂ, ਨਾ ਇਹਨਾਂ ਦੇ ਬਾਕੀ ਸਿਸਟਮ ਸੀਗਾ। ਚਲੋ ਹੋਇਆ ਇੱਕ ਇੰਸੀਡੈਂਟ ਔਰ ਉਹਦੇ ਉੱਤੇ ਅਫਸੋਸ ਵੀ ਜ਼ਾਹਰ ਕੀਤਾ, ਲੇਕਿਨ ਉਸ ਤੋਂ ਬਾਅਦ 'ਚ ਜਦੋਂ ਦਾ ਇੰਸੀਡੈਂਟ ਤੋਂ ਬਾਅਦ ਕੋਈ ਐਸਾ ਇੰਸੀਡੈਂਟ ਨਹੀਂ ਹੋਇਆ। ਜਿਹੜਾ ਤੁਸੀਂ 450 ਕਰੋੜ ਦੀ ਗੱਲ ਕਰ ਰਹੇ ਹੋ, 450 ਕਰੋੜ ਸਰਕਾਰ ਆਪਣੇ ਕੋਲੋਂ ਨਹੀਂ ਲਾ ਰਹੀ, ਸਰਕਾਰ ਜਿਹੜਾ ਡੋਨੇਸ਼ਨ ਇਕੱਠਾ ਹੋ ਰਿਹਾ ਲੋਕਾਂ ਦੇ ਕੋਲੋਂ ਉਹ 'ਚੋਂ ਲਾਉਣਾ ਉਹਨੇ, ਸਰਕਾਰ ਨੇ ਸਰਕਾਰੀ ਪੈਸਾ ਨਹੀਂ ਲਾਉਣਾ ਉਹਦੇ 'ਚ 450 ਕਰੋੜ ਦੇ ਵਿੱਚ, ਤੇ ਲੋਕਾਂ ਨੂੰ ਡੋਨੇਸ਼ਨ ਲੈ ਕੇ ਅਦਾਰੇ ਵੀ ਬਣਾਏ ਜਾ ਸਕਦੇ ਆ, ਲੋਕਾਂ ਨੂੰ ਡੋਨੇਸ਼ਨ ਲੈ ਕੇ ਇੰਪਲੋਇਮੈਂਟ ਦੇ ਲਈ ਵੀ ਬਣਾਏ ਜਾ ਸਕਦੇ ਆ। ਤੁਸੀਂ ਅੱਜ ਲਖਨਊ ਦੇਖ ਲਓ, ਅੱਜ ਤੁਸੀਂ ਹਰਿਦਵਾਰ ਦੇਖ ਲਓ, ਬਿਹਤਰ ਚੀਜ਼ਾਂ ਡਿਵੈਲਪ ਕੀਤੀਆਂ ਜਾ ਸਕਦੀਆਂ ਨੇ। ਸਣਾ ਜੀ ਅੱਜ ਤੁਸੀਂ ਲਖਨਊ ਦੇਖ ਲਓ, ਉੱਥੇ ਏਮਸ ਬਣ ਗਿਆ ਹੈਗਾ, ਫਸਟ ਕਲਾਸ ਚੱਲ ਰਿਹਾ ਹੈਗਾ, ਹੋਰ ਬਾਕੀ ਜਗ੍ਹਾ ਤੇ ਬਣ ਰਿਹਾ ਹੈਗਾ, ਹਰਿਦਵਾਰ ਵੀ ਬਣ ਗਿਆ। ਮੇਰਾ ਰੋਪੜ ਸਾਹਿਬ ਚੌਹਾਨ ਜੀ, ਸੌਰੀ ਜਿਹੜੀ ਇਹਨਾਂ ਨੇ ਇੱਕ ਸੌਰੀ ਮੈਂ ਕੋਈ ਖਾਸ ਗੱਲ ਨਹੀਂ ਕਹਿਣੀ, ਤੁਹਾਡੇ ਤੁਹਾਨੂੰ ਖੁੱਲਾ ਟਾਈਮ ਆ, ਜਿਹੜੀ ਇਹ ਬਾਰ ਬਾਰ ਗੱਲ ਕਹਿੰਦੇ, ਨਹੀਂ ਜੀ ਇਹ ਐਵੇਂ ਆ, ਹੰਗਰ ਇੰਡੈਕਸ 20 ਦੇਸ਼ਾਂ ਦਾ ਤੇ ਕੱਲ ਦੀ ਗੱਲ ਆ, ਅਸੀਂ 18ਵੇਂ ਨੰਬਰ ਤੇ ਆ, ਜਿਹੜੀ ਦੇਸ਼ ਭੁੱਖਾ ਮਾਰਿਆ, ਗਰੀਬ ਭੁੱਖੇ ਮਾਰਿਆ, ਅਨੀਮਿਕ ਆ, ਬੱਚੇ ਮਾਰ ਰਿਹਾ, ਉਹਨਾਂ ਨੂੰ ਰੋਟੀ ਨਹੀਂ ਮਿਲ ਰਹੀ, ਤੁਸੀਂ ਕਹਿੰਦੇ ਆ ਕਿ ਨਹੀਂ ਨਹੀਂ ਕੋਈ ਗੱਲ ਇਹ ਨਹੀਂ, ਇਹ ਦੇਸ਼ ਦੀ ਤਰੱਕੀ ਹੋ ਰਹੀ ਹੈ। ਸੁਖਦੇਵ ਸਿੰਘ ਰੋਪੜ ਸਾਹਿਬ, ਲਾਸਟ ਕਮੈਂਟ ਤੁਹਾਡੇ ਤੋਂ ਚਾਹਾਂਗਾ, ਤੁਹਾਡੇ ਤੇ ਸਵਾਲ ਹਮੇਸ਼ਾ ਇਹ ਉੱਠਦਾ ਕਿ ਸਭ ਤੋਂ ਜ਼ਿਆਦਾ ਲੰਮਾ ਟਾਈਮ ਤੁਹਾਡੀ ਪਾਰਟੀ ਨੇ ਰਾਜ ਕੀਤਾ ਆਜ਼ਾਦੀ ਤੋਂ ਬਾਅਦ, ਇਹਨਾਂ ਸਾਲਾਂ ਦੇ ਵਿੱਚ ਤੁਸੀਂ ਦੇਸ਼ ਨੂੰ ਕੀ ਦਿੱਤਾ? ਨਹੀਂ, ਮੈਂ ਪਹਿਲਾਂ ਤਾਂ ਇੱਕ ਭੁੱਲਰ ਸਾਹਿਬ ਜਿਹੜਾ ਫਿਊਚਰ ਦੇ ਹਿਸਾਬ ਨਾਲ ਦੇਖਿਆ ਕਿਹੜੀ ਪ੍ਰਾਇੋਰਟੀ ਸੈੱਟ ਕੀਤੀ? ਮੈਂ ਬਿਲਕੁਲ, ਮੈਂ ਕਿਤਾਬ ਭੁੱਲਰ ਸਾਹਿਬ ਦੀ ਗੱਲ ਨੂੰ ਕਲੀਅਰ ਕਰਨੀ ਚਾਹੂੰਗਾ ਵੀ ਇਹ ਹੁਣ ਗੱਲ ਨੂੰ ਲੈ ਗਏ ਵੀ ਉਹ ਡੋਨੇਸ਼ਨ ਤੇ ਨਹੀਂ, ਉਹ ਉਹਨਾਂ ਨੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਰੱਖੇ, ਬਜਟ ਬਕਾਇਦਾ ਤੌਰ ਤੇ ਐਲੋਕੇਸ਼ਨ ਹੋਈ ਆ, ਉਹ ਕੋਈ ਕੋਈ ਆਪਣੀ ਉਹ ਅਲੱਗ ਚੱਲ ਰਿਹਾ ਹੈ, ਕੋਈ ਡੋਨੇਸ਼ਨ ਵਾਲਾ ਤਾਂ ਸਾਰੀਆਂ ਬਿਲਡਿੰਗ ਪਿੱਲਰ ਬਣੇ ਹੋਏ ਆ, ਸਾਰਾ ਕੁਝ ਬਣੇ ਹੋਏ, ਉਹ ਆਲਰੇਡੀ ਬਣਿਆ ਪਿਆ, ਉਹ ਤਾਂ
इन्ना इंफ्रास्ट्रक्चर डिवेलप होया वह जिमें साडे हुण दे प्रधानमंत्री साहब कहिंदे ओह कुछ करके ही नहीं गए जे अज बाबा एटोमिक रिसर्च सेंटर बनया होया और HAL वर्गियां जिथे कि साडे खुद दे जहाज बन सकते हैं असी स्पेस दे विच इन्नी जिहड़ी तरक्की कर ली है वह उस टाइम दे प्रोग्राम चले आ रहे हैं। एक छोटा सप्लीमेंटरी जोड़ लवां जे इहदे चों भ्रष्टाचार नूं मनफी कर दिंदे तां शायद तस्वीर कुछ होर बेहतर हो सकदी सी। देखो मैं एक गल बिल्कुल गल करदा भी जे कोई भ्रष्टाचार मनफी हो जांदा होर इतों वधिया पिक्चर होनी सी, मैं तुहाडे गल नाल सहमत हाँ, पर कुछ भ्रष्टाचार मड़िया भी गया जिवें पिछले समय दे विच एक पर्टिकुलर मीडिया के सैगमेंट ने जिवें मैं हज तुहानूं क्लीयर करा भी 1,70,000 करोड़ का कॉल स्कैम और जबकि एक कैग का एक पहरा सी और जिन्हों की बाद विनोद राय नूं नवाजिया गया क्रिकेट कंट्रोल बोर्ड 4-5 साल उन्होंने दिता रखा तो जिहड़ा कि सब तो साडा मलाईदार साडा इहो सिस्टम है और इस करके ये जिहड़ा हैगा वह बनाया गया और जबकि वो 72 करोड़ ब्लॉकों के एक कॉल ब्लॉक ऑपरेट होया इस करके तस्वीर पेश की जा रही है या तस्वीर कुछ वक्री होनी देखो जितो तक सवाल है जो कुछ पेश कर जा रहा है ये तो असं 3,000 साल तो देख रहे हैं साड़ी कोई संस्कृति नवी तो है नहीं बहुत पुरानी है वह सारा कुछ असं पहले देखते हैं वो असं अगे नहीं बढ़ सके विदेशी भी आते रहे सड़क हमले भी होंगे रहे आज़ादी तो बाद एक नवे रस्ते असं तुरे सैकुलरिज्म के उत्ते और बड़िया बड़िया इंस्टीट्यूशन असं खड़िया करी मेरे वर्गे जेडे पिंड के बैठे से लाड़े तो बन सकते पर एड्डी सुपर स्पैशलाइजेशन की पढ़ाई नहीं कर सकते जे देश आजाद ना होंगे तो जिन्होंने सो अज देश में इस गल की लड़ है कि असी बेरोजगारी के उत्ते आ PMC वर्गे बैंक के जो स्कैम हो रहे हैं स्कीमों को रोकीए नौजवान रुजगार दईए लोगों आपस में प्यार मुहब्बत में रहना सिखाइए जे उन्होंने मतभेद हैगे भी ने एक दूजे मतभेद को वख वखरेवे इज्जत मान करते हुए एक दूजे को बराबरता से रहना सिखाइए इस पासे वालों सानू तुरन की लोड़ है पर्यावरण संभालने की लोड़ है सानू साडे इंफ्रास्ट्रक्चर संभालने की लोड़ है साडे इत्थे इंडस्ट्री है जिहड़ी इंडस्ट्री सानू पता इंडेक्स सारा ਕਿਵੇਂ ਥੱਲੇ ਜਾ ਰਿਹਾ ਹੈ ਜੇ ਅਸੀਂ ਸਾਰਾ ਕੁਝ ਸਾਡਾ ਥੱਲੇ ਜਾ ਰਿਹਾ ਹੈ ਸਾਡਾ GDP ਥੱਲੇ ਜਾ ਰਿਹਾ ਹੈ ਸਭ ਨੂੰ ਸਾਹਮਣ ਦੀ ਲੋੜ ਹੈ ਪਰ ਸਾਹਮਣ ਦਾ ਸਮਝਿਆ ਜਾ ਸਕਦਾ ਹੈ ਇਸ ਪਾਸੇ ਜਿਆਦਾ ਜ਼ੋਰ ਲਾਉਣ ਦੀ ਲੋੜ ਹੈ ਮੈਂ ਇਹ ਨਹੀਂ ਕਹਿੰਦਾ ਵੀ ਧਰਮ ਨਾ ਮੰਨੋ ਮੈਂ ਇਹ ਨਹੀਂ ਕਹਿੰਦਾ ਤੁਸੀਂ ਮੰਦਰ ਨਾ ਤੁਸੀਂ ਬਣਾਓ ਗਲੀ ਗਲੀ ਮੰਦਰ ਬਣਾ ਦਿਓ ਚਾਹੇ ਪਰ ਪਹਿਲਾ ਕੰਮ ਸਾਡੀ ਪ੍ਰਾਇਓਰਟੀ ਜਿਹੜੀ ਹੈਗੀ ਪ੍ਰਾਇਓਰਟੀ ਸਾਡੀ ਇਹ ਹੈ ਸਾਡੇ ਮੁਲਕ ਦੇ ਲੋਕਾਂ ਨੂੰ ਹੰਗਰ ਇੰਡੈਕਸ ਨੂੰ ਕੰਟਰੋਲ ਕਰਨਾ ਸਿਹਤ ਸੇਵਾ ਵਧਾਉਣੀ ਹੈ ਐਜੂਕੇਸ਼ਨ ਨਹੀਂ ਰੁਜ਼ਗਾਰ ਦੇਣਾ ਠੀਕ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਚਰਚਾ ਵਿੱਚ ਸ਼ਾਮਿਲ ਹੋਣ ਲਈ ਹਰਜੀਤ ਸਿੰਘ ਪੁੱਲਾ ਸਾਹਿਬ ਮਾਫੀ ਵੀ ਚਾਹਾਂਗਾ ਇੱਕ ਲਾਸਟ ਮੈਨੂੰ ਕਹਿਣ ਦਿਓ ਸੀ ਮੇਰੀ ਤੇ ਸਾਰਿਆਂ ਨੂੰ ਅਪੀਲ ਹੈ ਚਾਹੇ ਉਹ ਹਿੰਦੂਸ ਨੇ ਚਾਹੇ ਉਹ ਮੁਸਲਿਮ ਨੇ ਕਿ ਅਗਰ ਕੋਈ ਵੀ ਫੈਸਲਾ ਆਉਂਦਾ ਹੈ ਉਹਨੂੰ ਫੈਸਲਾ ਮੰਨ ਕੇ ਜਿਹੜਾ ਹੈਗਾ ਉੱਤੇ ਫੁੱਲ ਚੜਾਓ ਆਪਸ ਵਿੱਚ ਕੋਈ ਲੜਨ ਦੀ ਦੰਗਾ ਫਸਾਦ ਕਰਨ ਦੀ ਜਾਂ ਕੁਝ ਵੀ ਗਲਤ ਕਰਨ ਦੀ ਔਰ ਕੋਈ ਗਲਤ ਕਮੈਂਟ ਨਾ ਕਿਸੇ ਨੂੰ ਕਰੋ ਠੀਕ ਕਮੈਂਟ ਕਿਸੇ ਨੂੰ ਗਲਤ ਨਾ ਕੀਤਾ ਜਾਵੇ ਸ਼ਾਂਤੀ ਲੋਕ ਬਣਾ ਕੇ ਰੱਖਣ ਅਮਨੋ ਮਾਨ ਜਿਹੜਾ ਹੈਗਾ ਪਿਆਰ ਜਿਹੜਾ ਹੈਗਾ ਆਪਸੀ ਪਿਆਰ ਆਪਸੀ ਭਾਈਚਾਰਾ ਕਾਇਮ ਕਰਕੇ ਰੱਖਣ ਇਹੀ ਅਪੀਲ ਅਸੀਂ ਵੀ ਸਾਰਿਆਂ ਨੂੰ ਕਰਦੇ ਹਾਂ ਪੁਲਿਸ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰੋਪੜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਗਰਗ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਵਿੱਚ ਸ਼ਾਮਿਲ ਹੋਣ ਦੇ ਲਈ ਸੋ ਫੈਸਲੇ ਤੋਂ ਪਹਿਲਾਂ ਅਲਰਟ ਜਿਹੜਾ ਹੈਗਾ ਪੂਰੇ ਦੇਸ਼ ਦੇ ਲਈ ਹੈਗਾ ਔਰ ਅਲਰਟ ਨੂੰ ਝੂਠਾ ਸਾਬਿਤ ਕਰਕੇ ਦੇਸ਼ ਨੂੰ ਹੁਣ ਇਹ ਦਿਖਾਉਣਾ ਹੈ ਕਿ ਅਸੀਂ ਆਪਸ ਵਿੱਚ ਇਕੱਠੇ ਰਹਿ ਸਕਦੇ ਹਾਂ ਸਿਆਸਤ ਭਾਵੇਂ ਕੋਈ ਵੀ ਚਾਲ ਚੱਲੇ ਇਹ ਮੁਲਕ ਜਿਹੜਾ ਹੈਗਾ ਆਪਸੀ ਪਿਆਰ ਦੇ ਨਾਲ ਆਪਸੀ ਭਾਈਚਾਰੇ ਨਾਲ ਇਕੱਠਾ ਰਹਿ ਸਕਦਾ ਹੈ ਇਜਾਜ਼ਤ ਦਿਓ ਧੰਨਵਾਦ।